ਅੱਗੇ ਚੱਲਦਾ ਚੱਲਦਾ ਇੱਥੋਂ ਤੱਕ ਆ ਗਿਆ ਕਿ ਅਸੀਂ ਧਰਮ ਦੇ ਆਧਾਰ 'ਤੇ ਜ਼ੁਬਾਨਾਂ ਵੀ ਵੰਡ ਲਈਆਂ। ਕੀ ਕਹਿ ਦਿੱਤਾ ਕਿ ਮੁਸਲਮਾਨਾਂ ਦੀ ਜ਼ੁਬਾਨ ਉਰਦੂ ਹੈ, ਹਿੰਦੂਆਂ ਦੀ ਜ਼ੁਬਾਨ ਹਿੰਦੀ ਹੈ, ਜਿਹੜੀ ਪੰਜਾਬੀ ਹੈ ਸਾਡੀ ਉਹ ਰਹਿ ਗਈ ਇਕੱਲੇ ਸਿੱਖਾਂ ਦੇ ਕੋਲ। ਟੀ ਵੀ ਸਾਡੇ ਦੇਖਦਿਆਂ ਦੇਖਦਿਆਂ ਸਾਡੇ ਸਮਾਜ ਦੇ ਵਿੱਚ ਆਇਆ। ਅਸੀਂ ਉਹ ਵੀ ਸਮਾਂ ਦੇਖਿਆ ਜਦੋਂ ਟੀ ਵੀ ਹੁੰਦਾ ਹੀ ਨਹੀਂ ਸੀ, ਲੋਕ ਉਦੋਂ ਵੀ ਸੀ, ਉਹਨਾਂ ਦੀ ਜ਼ਿੰਦਗੀ ਹੋਰ ਤਰ੍ਹਾਂ ਦੀ ਸੀ। ਫਿਰ ਟੀ ਵੀ ਆਇਆ, ਸਾਨੂੰ ਯਾਦ ਹੈ ਜਦੋਂ ਪਿੰਡ ਦੇ ਵਿੱਚ ਪਹਿਲੇ ਟੀ ਵੀ ਆਏ ਉਦੋਂ ਕੀ ਹੋਇਆ। ਫਿਰ ਟੀ ਵੀ ਉਹਨਾਂ ਦੀ ਗਿਣਤੀ ਵਧੀ, ਫਿਰ ਕੀ ਹੋਇਆ। ਟੀ ਵੀ ਆਉਣ ਦੇ ਨਾਲ ਕੀ ਹੋਇਆ ਕਿ ਜਿਹੜੇ ਸ਼ਾਮ ਨੂੰ ਮੁੰਡੇ ਕੁੜੀਆਂ ਬਾਹਰ ਗਲੀਆਂ 'ਚ ਖੇਡਦੇ ਸਨ, ਉਹ ਸਾਰੇ ਸਮੇਂ ਦੇ ਵਿੱਚ ਇੱਕ ਤਰ੍ਹਾਂ ਦੀ ਸਾਂਝੀ ਜ਼ਿੰਦਗੀ ਸੀ, ਇਸ ਟੀ ਵੀ ਦੇ ਆਉਣ ਦੇ ਨਾਲ ਉਹ ਖਤਮ ਹੋ ਗਈ। ਅੰਗਰੇਜ਼ਾਂ ਨੇ ਆ ਕੇ ਜਦੋਂ ਨਵੇਂ ਸਿਰਿਓਂ ਉਹ ਸਾਰਾ ਕੁਝ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਜੋ ਰਵਾਇਤੀ ਕਾਸ਼ਤਕਾਰ ਜਾਤੀਆਂ ਸਨ ਉਹਨਾਂ ਨੂੰ ਸਾਰਿਆਂ ਨੂੰ ਮਾਲਕ ਬਣਾ ਦਿੱਤਾ, ਲੇਕਿਨ ਦੂਸਰੀਆਂ ਜਾਤੀਆਂ ਦੇ ਲੋਕ ਜਿਨ੍ਹਾਂ ਨੇ ਉਹਨਾਂ ਪ੍ਰਕਿਰਿਆਵਾਂ ਵਿੱਚ ਹਿੱਸਾ ਲਿਆ ਸੀ, ਜਿਨ੍ਹਾਂ ਕੋਲ ਵੀ ਜ਼ਮੀਨਾਂ ਸਨ, ਪਰ ਉਹਨਾਂ ਜ਼ਮੀਨ ਉਹਨਾਂ ਦੀ ਮਾਲਕੀ ਨੂੰ ਨਹੀਂ ਮੰਨਿਆ ਗਿਆ। ਇਹ ਉਹ ਵਿਸ਼ਾ ਜਿਹਦਾ ਸੰਬੰਧ ਸਿੱਧਾ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਹੈ, ਜਿਹਦਾ ਸੰਬੰਧ ਸਿੱਧਾ ਸਿੱਧਾ ਸਾਡੀ ਧਰਤੀ ਦੇ ਨਾਲ ਹੈ, ਜਿੱਥੇ ਅਸੀਂ ਰਹਿੰਦੇ ਹਾਂ, ਅਸੀਂ ਜਿਵੇਂ ਰਹਿੰਦੇ ਹਾਂ ਜਾਂ ਜਿਵੇਂ ਸਾਡਾ ਰਹਿਣਾ ਬਦਲ ਰਿਹਾ ਉਸ ਦੇ ਨਾਲ ਹੈ। ਔਰ ਤੁਹਾਡੀ ਜਨਰੇਸ਼ਨ ਅਸਲ 'ਚ ਉਹ ਜਨਰੇਸ਼ਨ ਹੈ, ਉਹ ਪੀੜ੍ਹੀ ਹੈ ਜਿਹੜੀ ਬਹੁਤ ਚੀਜ਼ਾਂ ਦੇ ਵਿੱਚ ਸਗੋਂ ਜੋ ਨਵੀਆਂ ਚੀਜ਼ਾਂ ਆ ਰਹੀਆਂ ਨੇ ਉਹਦੇ ਨਾਲ ਜ਼ਿਆਦਾ ਜੁੜੀ ਹੋਈ ਹੈ। ਅਸੀਂ ਇੱਕ ਵੱਖਰੀ ਤਰ੍ਹਾਂ ਦੀ ਜੀਵਨ ਜਾਂਚ ਤੋਂ ਨਿਕਲੇ, ਜਦੋਂ ਅਸੀਂ ਵੱਡੇ ਹੋ ਰਹੇ ਸਾਂ ਇੱਕ ਵੱਖਰੀ ਤਰ੍ਹਾਂ ਦੀ ਜੀਵਨ ਜਾਂਚ ਸੀ, ਉਸ ਤੋਂ ਬਾਅਦ ਸਾਡੇ ਦੇਖਦਿਆਂ ਦੇਖਦਿਆਂ ਬਹੁਤ ਕੁਝ ਬਦਲ ਗਿਆ। ਇੰਨਾ ਬਦਲ ਗਿਆ ਕਿ ਮੈਨੂੰ ਲੱਗਦਾ ਜੇ ਕੋਈ ਬੰਦਾ 1970-75 ਵਿੱਚ ਪੰਜਾਬ ਤੋਂ ਕਿਤੇ ਬਾਹਰ ਚਲੇ ਗਿਆ ਹੋਵੇ ਅਤੇ ਅੱਜ ਉਹ ਵਾਪਸ ਪੰਜਾਬ ਦੇ ਵਿੱਚ ਆ ਜਾਏ ਤਾਂ ਉਹ ਸ਼ਾਇਦ ਪਛਾਣ ਨਹੀਂ ਸਕੇਗਾ। ਸ਼ਾਇਦ ਉਹਨੂੰ ਆਪਣੇ ਪਿੰਡ ਨੂੰ ਜਾਣ ਵਾਲਾ ਰਾਹ ਜਿਹੜਾ ਉਹ ਵੀ ਉਹ ਪਛਾਣ ਨਹੀਂ ਸਕੇਗਾ ਉਸ ਰਸਤੇ ਨੂੰ। ਉਹ ਲੋਕਾਂ ਨੂੰ ਨਹੀਂ ਪਛਾਣ ਸਕੇਗਾ ਕਿ ਇਹ ਮੇਰੇ ਹੁਣ ਪਿੰਡਾਂ ਅਤੇ ਮੇਰੇ ਸ਼ਹਿਰਾਂ ਦੇ ਵਿੱਚ ਇਹ ਜਿਹੜੇ ਲੋਕ ਸਨ ਇਹ ਉਹ ਲੋਕ ਤਾਂ ਨਹੀਂ ਜਿਹੜੇ ਉਦੋਂ ਹੁੰਦੇ ਹੋਇਆ ਕਰਦੇ ਸਨ। ਇਸ ਤਰੀਕੇ ਦੇ ਨਾਲ ਪਿਛਲਿਆਂ ਸਾਲਾਂ ਦੇ ਵਿੱਚ ਸਾਡੀ ਜੀਵਨ ਜਾਂਚ ਬਦਲੀ ਹੈ। ਸੋ ਆਪਾਂ ਕਿਉਂਕਿ ਸਾਹਿਤ ਦੇ ਵਿਦਿਆਰਥੀ ਹੈ, ਸਾਹਿਤ ਦੇ ਖੋਜਾਰਥੀ ਹੈ, ਇਸ ਲਈ ਜੀਵਨ ਵਿੱਚ ਆਉਣ ਵਾਲੀਆਂ, ਸਮਾਜ ਵਿੱਚ ਆਉਣ ਵਾਲੀਆਂ ਇਹਨਾਂ ਤਬਦੀਲੀਆਂ ਨੂੰ ਸਾਨੂੰ ਥੋੜ੍ਹਾ ਜਿਹਾ ਗਹਿਰਾਈ ਵਿੱਚ ਸਮਝਣ ਦੇ ਸਮਰੱਥ ਹੋਣਾ ਚਾਹੀਦਾ। ਔਰ ਮੈਨੂੰ ਖੁਸ਼ੀ ਹੋਏਗੀ ਜੇਕਰ ਮੇਰੀਆਂ ਕੀਤੀਆਂ ਹੋਈਆਂ ਗੱਲਾਂ ਦੇ ਨਾਲ ਕੁਝ ਗੱਲ ਸਪਸ਼ਟ ਹੋਵੇ, ਪਰ ਮੈਂ ਚਾਹਾਂਗਾ ਕਿ ਇਹ ਵਿਸ਼ਾ ਕਿਉਂਕਿ ਤੁਹਾਡੇ ਨਾਲ ਜੁੜਿਆ ਹੋਇਆ ਔਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਪਰਸਪੈਕਟਿਵ ਹੋ ਸਕਦਾ ਕਿ ਤੁਹਾਨੂੰ ਜ਼ਿਆਦਾ ਪਤਾ ਹੋਣ, ਇਸ ਲਈ ਮੈਂ ਚਾਹਾਂਗਾ ਕਿ ਅੱਜ ਤੁਹਾਡੀ ਸ਼ਮੂਲੀਅਤ ਪਹਿਲਾਂ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ। ਪਹਿਲੇ ਲੈਕਚਰਾਂ ਦੇ ਵਿੱਚ ਜਿਵੇਂ ਤੁਸੀਂ ਸ਼ਾਮਿਲ ਹੋਏ, ਖਾਸ ਤੌਰ 'ਤੇ ਜਿਹੜੇ ਸ਼ਨੀਵਾਰ ਲੈਕਚਰ ਹੋਏ ਸਨ ਉਹਨਾਂ ਵਿੱਚ ਸਟੂਡੈਂਟਸ ਨੇ, ਰਿਸਰਚ ਸਕਾਲਰਸ ਨੇ ਸਵਾਲ ਪੁੱਛੇ, ਉਦੋਂ ਸਾਡੀ ਅੰਤਰ ਕਿਰਿਆ ਪਹਿਲੇ ਨਾਲੋਂ ਜ਼ਿਆਦਾ ਸੀ। ਸੋ ਮੈਂ ਚਾਹਾਂਗਾ ਕਿ ਅੱਜ ਉਸ ਤੋਂ ਵੀ ਜ਼ਿਆਦਾ ਹੋਵੇ, ਕਿਉਂਕਿ ਇਹ ਵਿਸ਼ਾ ਜਿਹੜਾ ਇਹ ਸਾਰਿਆਂ ਨਾਲ ਜੁੜਿਆ ਹੋਇਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੇਖੋ ਜੀ ਅਸੀਂ ਤਾਂ ਕਵਿਤਾ ਦੇ ਕੰਮ ਕਰ ਰਹੇ ਹਾਂ ਇਸ ਕਰਕੇ ਸਾਡਾ ਸੱਭਿਆਚਾਰਕ ਰੂਪਾਂਤਰਣ ਨਾਲ ਕੋਈ ਸੰਬੰਧ ਨਹੀਂ, ਜਾਂ ਅਸੀਂ ਨਾਵਲ 'ਤੇ ਕੰਮ ਕਰ ਰਹੇ ਹਾਂ, ਕਹਾਣੀ 'ਤੇ ਕਰ ਰਹੇ ਹਾਂ, ਇਸ ਲਈ ਸਾਡਾ ਇਹਦੇ ਨਾਲ ਸੰਬੰਧ ਨਹੀਂ। ਸੋ ਇਹਦੇ ਨਾਲ ਸੰਬੰਧ ਸਾਡਾ ਇਸ ਲਈ ਹੈ ਕਿਉਂਕਿ ਇਹ ਸਾਡੇ ਜੀਵਨ ਦੇ ਨਾਲ ਜੁੜਿਆ ਹੋਇਆ ਮਸਲਾ, ਸਾਰਿਆਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਮਸਲਾ। ਜਦੋਂ ਅਸੀਂ ਜੋ ਸੱਭਿਆਚਾਰਕ ਰੂਪਾਂਤਰਣ ਹੋ ਰਿਹਾ ਹੈ ਸਾਡਾ, ਜੋ ਸੱਭਿਆਚਾਰਕ ਤਬਦੀਲੀਆਂ ਅਸੀਂ ਹੰਢਾ ਰਹੇ ਹਾਂ, ਉਹਨਾਂ ਨੂੰ ਸਮਝਣਾ ਜਦੋਂ ਅਸੀਂ ਚਾਹੁੰਦੇ ਹਾਂ ਤਾਂ ਮੈਂ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਸ ਦੀ ਜਿਹੜੀ ਇੱਕ ਬੁਨਿਆਦੀ ਕਿਤਾਬ, ਜਿਹੜੀ ਸ਼ਾਇਦ ਦੁਨੀਆ 'ਚ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਹੈ ਬਾਈਬਲ ਤੋਂ ਬਾਅਦ, ਉਹ ਹੈ ਕਮਿਊਨਿਸਟ ਮੈਨੀਫੈਸਟੋ। ਕਮਿਊਨਿਸਟ ਮੈਨੀਫੈਸਟੋ ਵਿੱਚ ਮਾਰਕਸ ਅਤੇ ਏਂਗਲਸ ਨੇ ਲਿਖਿਆ ਸੀ, ਮੈਂ ਪੰਜਾਬੀ ਜੋ ਉਹਦੀ ਉਹਦਾ ਅਨੁਵਾਦ ਹੈ ਮੈਂ ਉਹ ਪੜ੍ਹਾਂਗਾ, ਕਿ ਉਤਪਾਦਨ ਦੇ ਸਾਰੇ ਸੰਦਾਂ ਦੇ ਤੇਜ਼ ਸੁਧਾਰ ਨਾਲ, ਸੰਚਾਰ ਦੇ ਅਥਾਹ ਤੌਰ ਉੱਤੇ ਸੌਖੇ ਬਣੇ ਸਾਧਨਾਂ ਨਾਲ, ਬੁਰਜਵਾਜ਼ੀ ਸਾਰੀਆਂ
ਇੱਥੋਂ ਤੱਕ ਕਿ ਅੱਤ ਦੀਆਂ ਜਾਂਗਲੀ ਕੌਮਾਂ ਨੂੰ ਵੀ ਸੱਭਿਅਤਾ ਵਿੱਚ ਖਿੱਚ ਲੈਂਦੀ ਹੈ। ਇਸ ਦੀਆਂ ਜਿਣਸਾਂ ਦੀਆਂ ਸਸਤੀਆਂ ਕੀਮਤਾਂ ਉਹ ਭਾਰੀ ਤੋਪਖਾਨਾ ਹੈ ਜਿਸ ਨਾਲ ਇਹ ਸਾਰੀਆਂ ਚੀਨ ਦੀਆਂ ਦੀਵਾਰਾਂ ਢਾ ਮਾਰਦੀ ਹੈ, ਜਿਸ ਨਾਲ ਇਹ ਵਿਦੇਸ਼ੀਆਂ ਪ੍ਰਤੀ ਜਾਂਗਲੀਆਂ ਦੀ ਤੀਖਣ ਤਰ੍ਹਾਂ ਨਾਲ ਹਠੀ ਨਫ਼ਰਤ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰਦੀ ਹੈ। ਪਰ ਜੋ ਇੰਪੋਰਟੈਂਟ ਹੈ, ਮਤਲਬ ਕਿ ਇਹ ਆਪਣੀ ਹੀ ਸ਼ਕਲ ਅਨੁਸਾਰ ਦੁਨੀਆ ਸਿਰਜਦੀ ਹੈ, ਇਹ ਆਪਣੀ ਹੀ ਸ਼ਕਲ ਅਨੁਸਾਰ ਦੁਨੀਆ ਸਿਰਜਦੀ ਹੈ। ਜਦੋਂ ਪੂੰਜੀ ਇੱਕ ਵਾਰ ਹੋਂਦ ਵਿੱਚ ਆ ਜਾਂਦੀ ਹੈ ਤਾਂ ਉਹ ਆਪਣੀ ਸ਼ਕਲ ਅਨੁਸਾਰ ਜਿਸ ਤਰ੍ਹਾਂ ਦੀ ਪੂੰਜੀ ਹੈ ਉਸੇ ਤਰ੍ਹਾਂ ਦੀ ਦੁਨੀਆ ਬਣਾਉਂਦੀ ਹੈ, ਉਸੇ ਤਰ੍ਹਾਂ ਦਾ ਸਮਾਜ ਬਣਾਉਂਦੀ ਹੈ, ਉਸੇ ਤਰ੍ਹਾਂ ਦਾ ਜਿਹੜਾ ਮਨੁੱਖ ਬਣਾਉਂਦੀ ਹੈ। ਔਰ ਇਹਨੂੰ ਅਸੀਂ ਕਹਿੰਦੇ ਕਿ ਅੱਜ ਦਾ ਸਮਾਂ ਨਵ ਉਦਾਰਵਾਦ ਦਾ ਸਮਾਂ, ਨਿਊ ਲਿਬਰਲਿਜ਼ਮ ਦਾ ਸਮਾਂ। ਲਿਬਰਲਿਜ਼ਮ ਉਦਾਰਵਾਦ ਜਦੋਂ ਪੂੰਜੀਵਾਦ ਸ਼ੁਰੂ ਹੋਇਆ ਤਾਂ ਉਸ ਵੇਲੇ ਜਿਹੜੇ ਮੁੱਢਲੇ ਅਰਥ ਸ਼ਾਸਤਰੀ ਸਨ ਉਹਨਾਂ ਨੇ ਕਿਹਾ ਸੀ ਕਿ ਹੁਣ ਮੰਡੀ ਹੋਂਦ ਵਿੱਚ ਆ ਗਈ ਹੈ, ਔਰ ਇੱਕ ਤਰ੍ਹਾਂ ਦੀ ਵਿਸ਼ਵੀ ਮੰਡੀ ਹੋਂਦ ਵਿੱਚ ਆ ਗਈ ਹੈ, ਔਰ ਇਹ ਮੰਡੀ ਹੈ ਜਿਹੜੀ ਕਿ ਇਸ ਸਾਰੇ ਪ੍ਰਬੰਧ ਨੂੰ, ਸਾਰੀ ਵਿਵਸਥਾ ਨੂੰ ਆਪਣੇ ਆਪ ਬੈਲੈਂਸ ਕਰੇਗੀ, ਆਪਣੇ ਆਪ ਇਸ ਨੂੰ ਚਲਾਏਗੀ। ਲੇਕਿਨ ਬਾਅਦ ਵਿੱਚ ਜਦੋਂ ਪੂੰਜੀਵਾਦ ਦੇ ਸੰਕਟ ਖੜ੍ਹੇ ਹੋਏ ਤਾਂ ਫਿਰ ਵੱਖ ਵੱਖ ਸਰਕਾਰਾਂ ਨੇ ਪੂੰਜੀ ਦੇ ਉੱਪਰ ਨਿਯੰਤਰਣ ਕਰਨਾ ਸ਼ੁਰੂ ਕੀਤਾ, ਆਪਣੇ ਆਪਣੇ ਦੇਸ਼ ਦੇ ਅਰਥਚਾਰਿਆਂ ਨੂੰ ਕੰਟਰੋਲ ਕੀਤਾ, ਨਿਯੰਤਰਿਤ ਕੀਤਾ। ਲੇਕਿਨ ਹੁਣ ਅਸੀਂ ਕਹਿੰਦੇ ਨਵ ਉਦਾਰਵਾਦ। ਅਮਰੀਕਾ ਦੇ ਸ਼ਿਕਾਗੋ ਯੂਨੀਵਰਸਿਟੀ ਦੇ ਵਿੱਚ, ਸ਼ਿਕਾਗੋ ਸਕੂਲ ਆਫ ਇਕਨੋਮਿਕਸ ਉਹਨੂੰ ਕਹਿੰਦੇ ਆ, ਉੱਥੇ ਉਹਨਾਂ ਨੇ ਪਹਿਲਾਂ ਫਰੀਡਮੈਨ ਵਗੈਰਾ ਅਰਥ ਸ਼ਾਸਤਰੀ ਸਨ, ਉਹਨਾਂ ਨੇ ਦੁਬਾਰਾ ਇਹ ਕਿਹਾ ਕਿ ਪੂਰੀ ਦੁਨੀਆ ਦੇ ਵਿੱਚ ਮੰਡੀ ਨੂੰ ਦੁਬਾਰਾ ਖੁੱਲ੍ਹਾ ਛੱਡੋ ਜੇਕਰ ਅਸੀਂ ਪੂੰਜੀਵਾਦ ਦੇ ਨਵੇਂ ਸੰਕਟ ਹੱਲ ਕਰਨਾ ਚਾਹੁੰਦੇ ਹਾਂ। ਔਰ ਉਹਨਾਂ ਨੇ ਆਪਣੇ ਉਸ ਵਿਭਾਗ ਦੇ ਵਿੱਚ ਤਿਆਰ ਹੋਏ ਅਰਥ ਸ਼ਾਸਤਰੀਆਂ ਨੂੰ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਭੇਜਿਆ, ਭਾਰਤ ਵਿੱਚ ਵੀ ਆਏ ਉਹ, ਔਰ ਇੱਕ ਤਰ੍ਹਾਂ ਨਾਲ ਉਹ ਸਫਲ ਹੋਏ ਕਿ 90ਵਿਆਂ ਤੋਂ ਬਾਅਦ ਦੁਨੀਆ ਦੇ ਵੱਡੇ ਹਿੱਸਿਆਂ ਦੇ ਵਿੱਚ ਉਹ ਪੋਲਿਸੀਆਂ ਲਾਗੂ ਹੋਈਆਂ, 70ਵਿਆਂ ਤੋਂ ਬਾਅਦ ਹੀ ਜਿਹੜੀਆਂ ਲਾਗੂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਸੋ ਅੱਜ ਦਾ ਸਮਾਂ ਇਸੇ ਲਈ ਅਸੀਂ ਨਵ ਉਦਾਰਵਾਦ ਦਾ ਸਮਾਂ ਕਹਿੰਦੇ ਹਾਂ, ਕਿਉਂਕਿ ਜਦੋਂ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਬਣੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਭਾਰਤ ਦੀ ਮੰਡੀ ਨੂੰ ਖੋਲ੍ਹਣਾ ਸ਼ੁਰੂ ਕੀਤਾ ਅਤੇ ਨਵ ਉਦਾਰਵਾਦ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਸ਼ੁਰੂ ਕੀਤਾ। ਸੋ ਇਸ ਸਮੇਂ ਨੂੰ ਸਮਝਣ ਲਈ ਪੂੰਜੀ ਕਿਵੇਂ ਸਾਨੂੰ ਅੱਜ ਬਦਲ ਰਹੀ ਹੈ, ਅੱਜ ਦੀ ਜਿਸ ਤਰ੍ਹਾਂ ਦੀ ਪੂੰਜੀ ਹੈ ਉਹ ਸਾਨੂੰ ਕਿਵੇਂ ਬਦਲ ਰਹੀ ਹੈ, ਉਹਨੂੰ ਸਮਝਣ ਲਈ ਸਾਨੂੰ ਕੁਝ ਚੀਜ਼ਾਂ ਮੈਨੂੰ ਲੱਗਦਾ ਕਿ ਸਪਸ਼ਟ ਕਰ ਲੈਣੀਆਂ ਚਾਹੀਦੀਆਂ ਆਪਣੇ ਮਨ ਦੇ ਵਿੱਚ, ਜਿਹੜੀਆਂ ਕਿ ਕੁਝ ਤਕਨੀਕੀ ਚੀਜ਼ਾਂ ਵੀ ਨੇ। ਜਿਵੇਂ ਪਹਿਲੀ ਗੱਲ ਹੈ, ਪੂੰਜੀ ਕੀ ਹੈ? ਪੂੰਜੀ ਪੈਸਾ, ਧਨ। ਪਰ ਕੀ ਹਰ ਪੈਸਾ ਪੂੰਜੀ ਹੁੰਦਾ ਹੈ? ਕੀ ਸਾਡੇ ਬਟੂਏ ਦੇ ਵਿੱਚ ਜਿਹੜਾ 100 ਦਾ ਨੋਟ ਹੈ, 1000 ਦਾ ਨੋਟ ਹੈ, ਉਹ ਵੀ ਪੂੰਜੀ ਹੈ? ਜਾਂ ਫਿਰ ਇਹ ਕੁਝ ਵੱਖਰਾ, ਪੂੰਜੀ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਧਨ ਹੁੰਦਾ ਹੈ? ਦੇਖੋ, ਅਸੀਂ ਪੈਸੇ ਨੂੰ, ਧਨ ਨੂੰ ਦੋ ਚੀਜ਼ਾਂ ਲਈ ਵਰਤਦੇ ਹਾਂ। ਪਹਿਲੀ ਇਹ ਕਿ ਅਸੀਂ ਉਸ ਪੈਸੇ ਦੇ ਨਾਲ ਆਪਣੀ ਲੋੜ ਦੀ ਇੱਕ ਚੀਜ਼ ਖਰੀਦਦੇ ਹਾਂ, ਉਹ ਚੀਜ਼ ਖਰੀਦਦੇ ਹਾਂ ਅਤੇ ਉਹਨੂੰ ਵਰਤ ਲੈਂਦੇ ਹਾਂ। ਜਿਹੜਾ ਇਹ ਪੈਸਾ ਹੈ, ਇਹ ਜਿਹੜਾ ਨੋਟ ਹੈ, ਮੰਨ ਲਓ ਸਾਡੇ ਕੋਲ 1000 ਰੁਪਇਆ, ਅਸੀਂ 1000 ਰੁਪਏ ਨਾਲ ਕੋਈ ਚੀਜ਼ ਖਰੀਦੀ ਜਿਹੜੀ ਅਸੀਂ ਆਪਣੀ ਖਪਤ ਲਈ ਖਰੀਦਣੀ ਹੈ, ਅਸੀਂ ਉਹ ਖਰੀਦ ਲਈ, ਉਹ 1000 ਰੁਪਇਆ ਪੂੰਜੀ ਨਹੀਂ ਹੈ। ਪੂੰਜੀ ਧਨ ਦਾ ਉਹ ਰੂਪ ਹੈ ਜਾਂ ਉਹ ਧਨ ਹੈ ਜਿਹਦੇ ਨਾਲ ਅਸੀਂ ਕੋਈ ਚੀਜ਼ ਇਸ ਲਈ ਖਰੀਦਦੇ ਹਾਂ ਕਿਉਂਕਿ ਅਸੀਂ ਉਹਦਾ ਉਪਭੋਗ ਨਹੀਂ ਕਰਨਾ ਹੁੰਦਾ, ਅਸੀਂ ਉਹਦੀ ਖਪਤ ਨਹੀਂ ਕਰਨੀ, ਅਸੀਂ ਉਹਨੂੰ ਕਿਸੇ ਹੋਰ ਮੰਤਵ ਦੇ ਲਈ ਵਰਤਦੇ ਹਾਂ। ਅਸੀਂ ਉਹਦੇ ਨਾਲ ਕੋਈ ਐਸੀ ਚੀਜ਼ ਖਰੀਦਦੇ ਹਾਂ ਜਿਹੜੀ ਅਸੀਂ ਅੱਗੇ ਫਿਰ ਵੇਚਣੀ ਹੁੰਦੀ ਹੈ, ਉਹ ਪੂੰਜੀ ਹੋਏਗੀ। ਜਾਂ ਅਸੀਂ ਕੋਈ ਐਸੀ ਵਸਤ ਖਰੀਦਦੇ ਹਾਂ ਜਿਹਦੇ ਕੋਲੋਂ ਅਸੀਂ ਕੁਝ ਹੋਰ ਮੁਨਾਫਾ ਕੱਢਣਾ ਚਾਹੁੰਦੇ ਹਾਂ, ਉਹ ਪੂੰਜੀ ਹੈ। ਔਰ ਧਨ ਬਹੁਤ ਦੇਰ ਤੋਂ ਹੋਂਦ ਵਿੱਚ ਸੀ ਇਸ ਧਰਤੀ ਦੇ ਉੱਤੇ, ਲੇਕਿਨ ਉਹਦਾ ਰੂਪ ਪੂੰਜੀ ਨਹੀਂ ਸੀ। ਸਾਡੇ ਇਤਿਹਾਸ ਦੇ ਵਿੱਚ ਇੱਕ ਖਾਸ ਪੜਾਅ ਉੱਤੇ ਜਾ ਕੇ ਪੈਸਾ ਜਿਹੜਾ ਉਹ ਪੂੰਜੀ ਦਾ ਰੂਪ ਧਾਰਦਾ, ਜਦੋਂ ਸਾਡੇ ਅਰਥਚਾਰੇ ਦੇ ਵਿੱਚ ਐਸੀਆਂ ਕੀਮਤਾਂ ਬਣਨੀਆਂ ਸ਼ੁਰੂ ਹੁੰਦੀਆਂ ਨੇ, ਐਸੇ ਰਿਸ਼ਤੇ ਬਣਨੇ ਸ਼ੁਰੂ ਹੁੰਦੇ ਨੇ ਜਦੋਂ ਕਿ ਕੁਝ ਵਾਧੂ ਉਤਪਾਦਨ ਹੋ ਜਾਂਦਾ ਜ਼ਰੂਰਤ ਨਾਲੋਂ, ਜਿੰਨਾ ਸਾਨੂੰ ਖਪਤ ਕਰਨ ਲਈ ਚਾਹੀਦੀ ਹੈ ਕੋਈ ਚੀਜ਼
ਉਹਦੇ ਨਾਲੋਂ ਜਦੋਂ ਉਤਪਾਦਨ ਕੁਝ ਵੱਧ ਜਾਂਦਾ ਵਾਧੂ ਹੋ ਜਾਂਦਾ ਤਾਂ ਇਸ ਪੜਾਅ ਉੱਤੇ ਜਾ ਕੇ ਪੂੰਜੀ ਪੈਦਾ ਹੁੰਦੀ ਹੈ। ਔਰ ਸਾਡੇ ਦੁਨੀਆ ਦੇ ਵਿੱਚ ਪੂੰਜੀ ਸਭ ਤੋਂ ਪਹਿਲਾਂ ਇੰਗਲੈਂਡ ਦੇ ਖੇਤਾਂ ਦੇ ਵਿੱਚ ਖੇਤੀਬਾੜੀ ਦੇ ਵਿੱਚੋਂ ਪੈਦਾ ਹੋਏ ਇਹ ਰਿਸ਼ਤੇ, ਜਿੱਥੋਂ ਪੈਦਾ ਹੋ ਕੇ ਇਹ ਪੂੰਜੀਵਾਦ ਜਿਹੜਾ ਇਹ ਫਿਰ ਦੁਨੀਆ ਦੇ ਸਾਰੇ ਮੁਲਕਾਂ ਜਾਂ ਸਾਰੇ ਅਰਥਚਾਰਿਆਂ ਨੂੰ ਇਸਨੇ ਹੌਲੀ ਹੌਲੀ ਆਪਣੀ ਲਪੇਟ ਦੇ ਵਿੱਚ ਲੈ ਲਿਆ। ਪੂੰਜੀ ਦੀ ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਇਹਦੇ 'ਚ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜਿਹਦੇ ਕੋਲ ਪੂੰਜੀ ਹੈ, ਜਿਹਨੂੰ ਅਸੀਂ ਪੂੰਜੀਪਤੀ ਕਹਿ ਦਿੰਦੇ ਹਾਂ, ਪੂੰਜੀ ਦਾ ਮਾਲਕ, ਉਹ ਕੀ ਕਰਦਾ? ਇਹਦੀ ਪ੍ਰਕਿਰਿਆ ਨੂੰ ਮੈਂ ਸੌਖੇ ਜਿਹੇ ਸਿੱਧੇ ਜਿਹੇ ਸ਼ਬਦਾਂ ਵਿੱਚ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਕਿ ਜਿਹਦੇ ਕੋਲ ਪੂੰਜੀ ਹੈ, ਪੂੰਜੀਪਤੀ ਹੈ ਜੋ, ਉਹ ਆਪਣੀ ਪੂੰਜੀ ਨੂੰ ਕੁਝ ਐਸਾ ਖਰੀਦਣ ਲਈ ਵਰਤਦਾ ਜੋ ਮਾਰਕੀਟ ਦੇ ਵਿੱਚ ਉਪਲਬਧ ਹੈ। ਔਰ ਉਹਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ, ਜਿਹਨੂੰ ਮਾਰਕਸ ਕਹਿੰਦਾ ਲੇਬਰ ਪਾਵਰ, ਕਿਰਤ ਸ਼ਕਤੀ। ਬਾਜ਼ਾਰ ਦੇ ਵਿੱਚ ਕਿਰਤ ਸ਼ਕਤੀ ਮੌਜੂਦ ਹੈ ਕਿਉਂਕਿ ਜਿਨ੍ਹਾਂ ਕੋਲ ਉਹ ਸ਼ਕਤੀ ਹੈ ਉਹ ਕਿਰਤੀ ਲੋਕਾਂ ਕੋਲ ਜਿਉਂਦੇ ਰਹਿਣ ਲਈ ਆਪਣੀ ਕਿਰਤ ਨੂੰ ਵੇਚਣ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਵਿਕਲਪ ਨਹੀਂ ਹੈ, ਕੋਈ ਆਲਟਰਨੇਟਿਵ ਨਹੀਂ ਹੈ। ਉਹਨਾਂ ਨੇ ਜਿਉਂਦੇ ਰਹਿਣਾ, ਉਹ ਜਿਉਂਦੇ ਤਾਂ ਹੀ ਰਹਿ ਸਕਦੇ ਆ ਜੇਕਰ ਉਹ ਆਪਣੀ ਕਿਰਤ ਨੂੰ ਔਰ ਉਹਨਾਂ ਦੀ ਕਿਰਤ ਨੂੰ ਖਰੀਦਣ ਲਈ ਪੂੰਜੀਪਤੀ ਕੋਲ ਪੂੰਜੀ ਹੈ, ਉਹ ਆਪਣੀ ਪੂੰਜੀ ਦੇ ਨਾਲ ਉਹਨਾਂ ਦੀ ਕਿਰਤ ਖਰੀਦਦਾ ਔਰ ਉਹ ਕਿਰਤ ਕੁਝ ਉਤਪਾਦਨ ਕਰਦੀ ਹੈ। ਔਰ ਇੱਕ ਹੋਰ ਗੱਲ ਜਿਹੜੀ ਹੈ ਉਹ ਹੈ ਕਿ ਕਿਰਤੀ ਹਮੇਸ਼ਾ ਜਿੰਨਾ ਉਸਨੂੰ ਆਪਣੀ ਜ਼ਰੂਰਤ ਲਈ ਚਾਹੀਦਾ ਹੁੰਦਾ, ਇੱਕ ਦਿਨ ਵਿੱਚ ਮੰਨ ਲਓ ਉਦਾਹਰਣ ਲੈ ਲਈਏ, ਇੱਕ ਦਿਨ ਵਿੱਚ ਉਹਨੂੰ ਆਪਣੀ ਜ਼ਰੂਰਤ ਲਈ ਜਿੰਨਾ ਚਾਹੀਦਾ ਉਹਦੇ ਨਾਲੋਂ ਜ਼ਿਆਦਾ ਉਤਪਾਦਨ ਕਰਨ ਦੀ ਸਮਰੱਥਾ ਕਿਰਤੀ ਦੇ ਕੋਲ ਹੁੰਦੀ ਹੈ। ਇਹਦਾ ਮਤਲਬ ਹੈ ਕਿ ਕਿਰਤੀ ਵਾਧੂ ਉਤਪਾਦਨ ਕਰਦਾ, ਪੂੰਜੀਪਤੀ ਉਹਦੇ ਕੋਲੋਂ ਵਾਧੂ ਉਤਪਾਦਨ ਕਰਦਾ ਕਰਵਾਉਂਦਾ ਔਰ ਉਹ ਜਿਹੜਾ ਵਾਧੂ ਉਤਪਾਦਨ ਹੁੰਦਾ ਅਸਲ ਦੇ ਵਿੱਚ ਉਸਦੇ ਨਾਲ ਇੱਕ ਵਾਧੂ ਕੀਮਤ ਪੈਦਾ ਹੁੰਦੀ ਹੈ ਜਿਹਨੂੰ ਸਰਪਲਸ ਵੈਲਿਊ ਕਹਿੰਦੇ ਹਾਂ। ਉਹ ਸਰਪਲਸ ਵੈਲਿਊ ਕਿਰਤੀ ਪੈਦਾ ਕਰਦਾ। ਇਹ ਦੋ ਤਰੀਕਿਆਂ ਦੇ ਨਾਲ ਵਾਧੂ ਜਿਹੜੀ ਹੈ ਕਦਰ ਪੈਦਾ ਹੁੰਦੀ ਹੈ। ਇੱਕ ਤਾਂ ਇਹ ਹੈ ਕਿ 8 ਘੰਟੇ ਹੈ, 8 ਘੰਟਿਆਂ ਦੇ ਵਿੱਚ ਜਿੰਨਾ ਕਿਰਤੀ ਨੂੰ ਆਪਣੇ ਉਤਪਾਦਨ ਆਪਣੀ ਖਪਤ ਲਈ ਜ਼ਰੂਰਤ ਲਈ ਚਾਹੀਦਾ ਉਸ ਤੋਂ ਜ਼ਿਆਦਾ ਉਤਪਾਦਨ ਉਹਦੇ ਕੋਲੋਂ ਕਰਵਾ ਲਓ। ਉਹ ਜਿਹੜੀ ਵਾਧੂ ਚੀਜ਼ ਹੈ, ਜ਼ਰੂਰਤ ਨਾਲੋਂ ਜ਼ਿਆਦਾ ਉਤਪਾਦਨ ਹੋ ਗਿਆ ਉਹ ਵਾਧੂ ਹੈ, ਉਹਦਾ ਮੁੱਲ ਜਿਹੜਾ ਉਹ ਵਾਧੂ ਹੈ, ਵਾਧੂ ਕਦਰ ਹੈ। ਉਹ ਮਜ਼ਦੂਰ ਦੀ ਹੈ, ਕਿਰਤ ਦੀ ਹੈ, ਕਿਰਤੀ ਦੀ ਹੈ, ਲੇਕਿਨ ਪੂੰਜੀਪਤੀ ਉਸਨੂੰ ਹਥਿਆ ਲੈਂਦਾ ਔਰ ਉਸੇ ਨੂੰ ਅੱਗੇ ਨਿਵੇਸ਼ ਕਰਕੇ ਜਿਹੜਾ ਆਪਣੇ ਮੁਨਾਫੇ ਨੂੰ ਹੋਰ ਅੱਗੇ ਵਧਾਉਣ ਦਾ ਕੰਮ ਕਰਦਾ। ਦੂਸਰਾ ਤਰੀਕਾ ਇਹ ਹੈ ਕਿ 8 ਘੰਟਿਆਂ ਦੇ ਵਿੱਚ ਤਕਨੀਕ ਨੂੰ ਇਸ ਤਰੀਕੇ ਦੇ ਨਾਲ ਉਸ ਕੰਮ ਦੇ ਵਿੱਚ ਲਗਾ ਦਿਓ ਕਿ ਉਸ ਟੈਕਨੀਕ ਦੇ ਨਾਲ ਕਿਰਤ ਜਿਹੜੀ ਹੈ ਉਹ ਹੋਰ ਜ਼ਿਆਦਾ ਇੰਟੈਂਸਿਵ ਹੋ ਜਾਏ, ਕਿਰਤ ਜਿਹੜੀ ਹੈ ਹੋਰ ਜ਼ਿਆਦਾ ਔਖੀ ਹੋ ਜਾਏ, ਮੁਸ਼ਕਿਲ ਹੋ ਜਾਏ, ਉਹ ਮੁਸ਼ਕਿਲ ਕਿਸਮ ਦੀ ਕਿਰਤ ਕਰਵਾ ਕੇ ਹੋਰ ਜ਼ਿਆਦਾ ਉਤਪਾਦਨ ਕਰਵਾਓ ਔਰ ਉਸ ਉਤਪਾਦਨ ਦਾ ਜਿਹੜੀ ਵਾਧੂ ਕੀਮਤ ਹੈ ਉਹ ਵੀ ਇਸੇ ਤਰ੍ਹਾਂ ਕਿਰਤੀ ਕੋਲੋਂ, ਕਿਰਤ ਸ਼ਕਤੀ ਕੋਲੋਂ ਪੈਦਾ ਕਰਵਾ ਕੇ ਅਤੇ ਪੂੰਜੀਪਤੀ ਜਿਹੜਾ ਹੈ ਉਸਨੂੰ ਆਪਣੇ ਕੋਲ ਰੱਖਦਾ, ਉਸਨੂੰ ਆਪਣੇ ਅਗਲੇ ਨਿਵੇਸ਼ ਦੇ ਲਈ ਵਰਤਦਾ। ਇਹ ਬੁਨਿਆਦੀ ਪ੍ਰਕਿਰਿਆ ਹੈ ਪੂੰਜੀਵਾਦ ਦੀ ਔਰ ਇਹ ਬੁਨਿਆਦੀ ਪ੍ਰਕਿਰਿਆ ਇੰਗਲੈਂਡ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼ੁਰੂ ਹੋਈ ਔਰ ਉਸ ਤੋਂ ਬਾਅਦ ਇਸਦਾ ਵਿਸਥਾਰ ਹੋਇਆ। ਸਭ ਤੋਂ ਪਹਿਲਾ ਰੂਪ ਜਿਹੜਾ ਇਸਦਾ ਬਣਿਆ ਉਸਨੂੰ ਵਪਾਰਕ ਪੂੰਜੀ ਕਿਹਾ ਜਾਂਦਾ, ਮਰਕੈਂਟਾਈਲ ਕੈਪੀਟਲ, ਵਪਾਰਕ ਪੂੰਜੀ। ਸੋ ਯੂਰਪ ਵਿੱਚ 15ਵੀਂ 16ਵੀਂ ਸਦੀ ਵਿੱਚ ਇਹ ਪੈਦਾ ਹੋਈ ਔਰ 15ਵੀਂ 16ਵੀਂ ਸਦੀ ਵਿੱਚ ਹੀ ਮੈਂ ਹੁਣ ਇਹਦਾ ਸੰਬੰਧ ਦੱਸਣ ਲੱਗਿਆ ਕਿ ਕਿਵੇਂ ਪੂੰਜੀ ਦਾ ਸ਼ੁਰੂ ਤੋਂ ਹੀ ਸੰਬੰਧ ਸੱਭਿਆਚਾਰ ਦੇ ਰੂਪਾਂਤਰਣ ਦੇ ਨਾਲ ਰਿਹਾ, ਸੱਭਿਆਚਾਰ ਨੂੰ ਬਦਲਣ ਦੇ ਨਾਲ ਰਿਹਾ। ਔਰ ਜਿਉਂ ਹੀ ਇਹ ਵਪਾਰਕ ਪੂੰਜੀ ਪੈਦਾ ਹੁੰਦੀ ਹੈ 15ਵੀਂ 16ਵੀਂ ਸਦੀ ਵਿੱਚ, ਅਤੇ ਸਪੇਨ ਅਤੇ ਪੁਰਤਗਾਲ ਵਰਗੇ ਦੇਸ਼ਾਂ 'ਚੋਂ ਜਹਾਜ਼ ਨਿਕਲ ਕੇ ਦੂਜੀਆਂ ਧਰਤੀਆਂ ਵੱਲ ਨੂੰ ਤੁਰ ਪੈਂਦੇ ਔਰ ਇਸ ਪੜਾਅ ਦੇ ਉੱਤੇ ਉਹ ਨਵੀਆਂ ਭੂਮੀਆਂ ਦੀ ਤਲਾਸ਼ ਕਰਦੇ ਹੈ ਕਿਉਂਕਿ ਉਹਨਾਂ ਨਵੀਆਂ ਭੂਮੀਆਂ ਦੇ ਵਿੱਚ ਉਹਨਾਂ ਨੇ ਆਪਣੇ ਪੂੰਜੀਵਾਦੀ ਸੰਬੰਧਾਂ ਸਮੇਤ ਆਪਣੀ ਸਾਰੀ ਜਿਹੜੀ ਪੂੰਜੀਵਾਦੀ ਪ੍ਰਕਿਰਿਆ ਹੈ ਉਸਨੂੰ ਅੰਜਾਮ ਉਹਨਾਂ ਦੇਣ ਲਈ ਉਹਨਾਂ ਨੂੰ ਉਹਨਾਂ ਧਰਤੀਆਂ ਦੀ ਲੋੜ ਸੀ। ਸੋ ਉਹ ਸਭ ਤੋਂ ਇਸ ਪੜਾਅ ਦੇ ਉੱਪਰ ਕਿਹਨਾਂ ਕਿਹਨਾਂ ਮਹਾਂਦੀਪਾਂ ਦੇ ਵਿੱਚ ਗਏ? ਅਮਰੀਕਾ, ਉੱਤਰੀ ਅਮਰੀਕਾ ਵੀ ਅਤੇ ਦੱਖਣੀ ਅਮਰੀਕਾ ਵੀ, ਆਸਟ੍ਰੇਲੀਆ, ਨਿਊਜ਼ੀਲੈਂਡ।
ਇਹ ਉਹ ਮੁਲਕ ਨੇ ਹੈ ਜਿੱਥੇ ਅੱਜ ਅਸੀਂ ਸਾਡੇ ਪੰਜਾਬੀ ਵੀ ਜਾਣਾ ਚਾਹੁੰਦੇ ਨੇ ਉੱਧਰ ਨੂੰ, ਉਹਨਾਂ ਉਹਨਾਂ ਮੁਲਕਾਂ ਵੱਲ ਨੂੰ ਜਾਣਾ ਚਾਹੁੰਦੇ ਨੇ। ਯੂਰਪੀ ਸਭ ਤੋਂ ਪਹਿਲਾਂ ਉੱਥੇ ਪਹੁੰਚੇ, ਪਰ ਇਹ ਕੋਈ ਨਵੀਆਂ ਧਰਤੀਆਂ ਨਹੀਂ ਸੀ। ਹੁਣ ਹੁਣ ਤਾਂ ਇੱਕ ਆਮ ਗੱਲ ਹੋ ਗਈ ਨਾ, ਆਪਾਂ ਜਦੋਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਸਕੂਲਾਂ ਦੇ ਵਿੱਚ ਇੱਕ ਸਵਾਲ ਹੁੰਦਾ ਸੀ ਕਿ ਅਮਰੀਕਾ ਦੀ ਖੋਜ ਕਦੋਂ ਹੋਈ। ਅਸੀਂ ਕਹਿੰਦੇ ਕਿ ਇੰਨੇ ਵਿੱਚ ਅਮਰੀਕਾ ਜਿਹੜਾ ਉਹ ਲੱਭਿਆ ਗਿਆ। ਬਈ ਕੀ ਕੋਲੰਬਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਅਮਰੀਕਾ ਹੈ ਹੀ ਨਹੀਂ ਸੀ? ਕਿ ਉੱਥੇ ਲੋਕ ਨਹੀਂ ਸਨ ਵੱਸਦੇ? ਵੀ ਉਹ ਕਿਵੇਂ ਨਵੀਂ ਖੋਜ ਦਾ ਕੀ ਮਤਲਬ ਹੋ ਗਿਆ ਇਸ ਤੋਂ? ਇਸ ਤੋਂ ਉਹ ਬਸਤੀਵਾਦੀ ਦ੍ਰਿਸ਼ਟੀ ਦਾ ਸਾਨੂੰ ਪਤਾ ਲੱਗਦਾ। ਅਸੀਂ ਵੀ ਉਹ ਬਸਤੀਵਾਦੀ ਇਤਿਹਾਸ ਉਹਨਾਂ ਦ੍ਰਿਸ਼ਟੀਆਂ ਦੇ ਅਨੁਸਾਰ ਹੀ ਉਹ ਸਾਰੀਆਂ ਟੈਕਸ ਜਿਹੜੀਆਂ ਉਹ ਪੜ੍ਹਦੇ ਰਹੇ ਹਾਂ। ਉਹਨਾਂ ਧਰਤੀਆਂ ਦੇ ਉੱਪਰ ਆਪਣੀਆਂ ਸੱਭਿਅਤਾਵਾਂ ਮੌਜੂਦ ਸਨ, ਪਰ ਪ੍ਰਭਾਵ ਕੀ ਪਿਆ ਇਹਨਾਂ ਯੂਰਪੀਅਨ ਬਸਤੀਵਾਦੀਆਂ ਦੇ ਉੱਥੇ ਪਹੁੰਚਣ ਦੇ ਨਾਲ ਕਿ ਉਹਨਾਂ ਨੇ ਉਹਨਾਂ ਸੱਭਿਅਤਾਵਾਂ ਦਾ ਸੱਭਿਅਤਾਵਾਂ ਨੂੰ ਮਲੀਆ ਮੇਟ ਕਰ ਦਿੱਤਾ। ਨਸਲਕੁਸ਼ੀ, ਇੰਕਾ ਵਰਗੀਆਂ ਸੱਭਿਅਤਾਵਾਂ ਸਨ ਉੱਥੇ ਜਿਨ੍ਹਾਂ ਦਾ ਨਾਂ ਨਿਸ਼ਾਨ ਇਹਨਾਂ ਨੇ ਮਿਟਾ ਦਿੱਤਾ। ਉਹਦੇ ਬਹੁਤ ਸਾਰੇ ਕਾਰਨ ਹੈ, ਹਿੰਸਾ ਦੇ ਵੱਖ ਵੱਖ ਰੂਪ ਸਨ, ਸਿੱਧੀਆਂ ਲੜਾਈਆਂ ਦੇ ਨਾਲ ਵੀ ਮਾਰਿਆ, ਪਰ ਉਸ ਤੋਂ ਵੀ ਜ਼ਿਆਦਾ ਉਹ ਲੋਕ ਇਸ ਲਈ ਮਰੇ ਕਿਉਂਕਿ ਇਹਨਾਂ ਦੇ ਉੱਥੇ ਜਾਣ ਦੇ ਨਾਲ ਅਜਿਹੇ ਨਵੇਂ ਵਾਇਰਸ ਉੱਥੇ ਪਹੁੰਚੇ ਜਿਨ੍ਹਾਂ ਦਾ ਮੁਕਾਬਲਾ ਉਹਨਾਂ ਕਰਨਾ ਉਹਨਾਂ ਦੇ ਸਰੀਰ ਜਿਹੜੇ ਸੀ ਉਹਨਾਂ ਦੇ ਵੱਸਦਾ ਹੀ ਨਹੀਂ ਸੀ ਕਿਉਂਕਿ ਉਹਨਾਂ ਲਈ ਉਹ ਬਿਲਕੁਲ ਨਵੇਂ ਸੀ। ਅੱਜ ਉਹ ਅੱਜ ਕੱਲ੍ਹ ਕਰੋਨਾ ਵਾਇਰਸ ਵਾਲਾ ਜਿਹੜਾ ਰੌਲਾ ਰੱਪਾ ਉਹ ਵੀ ਇਹੀ ਹੈ ਨਾ ਕਿ ਕਰੋਨਾ ਵਾਇਰਸ ਅਗਰ ਜੇ ਕਿਤੇ ਜਾਂਦਾ ਤਾਂ ਕਿਉਂ ਲੋਕ ਮਰ ਰਹੇ ਹੈ? ਕਿਉਂਕਿ ਸਾਡਾ ਸਰੀਰ ਜਿਹੜਾ ਉਹਦੇ ਲਈ ਉਹ ਬਿਲਕੁਲ ਨਵਾਂ ਵਾਇਰਸ ਹੈ। ਔਰ ਇਸੇ ਕਾਰਨ ਇਹਨਾਂ ਧਰਤੀਆਂ ਦੇ ਉੱਪਰ ਉਹ ਪੁਰਾਣੀਆਂ ਸੱਭਿਅਤਾਵਾਂ ਖਤਮ ਹੋ ਗਈਆਂ ਔਰ ਉਹਦੇ ਉਹਨਾਂ ਨੂੰ ਇਹਨਾਂ ਨੇ ਆਪਣੀਆਂ ਬਸਤੀਆਂ ਬਣਾ ਲਿਆ। ਉਸ ਵੇਲੇ ਵੀ ਸੱਭਿਆਚਾਰਕ ਤਰਕ ਇਹਦੇ ਨਾਲ ਸੀ। ਜੇ ਕਿਤੇ ਇਹ ਪ੍ਰਕਿਰਿਆਵਾਂ ਪੜ੍ਹਨੀਆਂ ਹੋਣ ਕਿ ਇਹਨਾਂ ਦੇਸ਼ਾਂ ਦੇ ਵਿੱਚ ਹੋਇਆ ਕੀ, ਅਤੇ ਇੱਕ ਨਾਵਲ ਹੈ ਹਾਰਟ ਆਫ ਡਾਰਕਨੈਸ ਕੋਨਰੇਡ ਦਾ, ਜੋਜ਼ਫ ਕੋਨਰੇਡ ਦਾ ਹਾਰਟ ਆਫ ਡਾਰਕਨੈਸ, ਉਹ ਤੁਸੀਂ ਪੜ੍ਹ ਸਕਦੇ ਹਾਂ। ਮੈਨੂੰ ਇਹ ਨਹੀਂ ਪਤਾ ਇਹ ਪੰਜਾਬੀ 'ਚ ਅਨੁਵਾਦ ਹੋਇਆ ਕਿ ਨਹੀਂ ਹੋਇਆ। ਪਰ ਇੱਕ ਹੋਰ ਥਿੰਗਸ ਫਾਲ ਅਪਾਰਟ ਚਿਨੂ ਆ ਅਚੇਬੇ, ਇਹ ਨਾਵਲ ਪੰਜਾਬੀ 'ਚ ਅਨੁਵਾਦ ਹੋਇਆ ਪਿਆ। ਮੈਨੂੰ ਪਤਾ ਇੱਕ ਮੈਗਜ਼ੀਨ ਦੇ ਵਿੱਚ ਤਾਂ ਮੈਂ ਦੇਖਿਆ ਸੀ, ਸ਼ਾਇਦ ਕਿਤਾਬ ਦੇ ਰੂਪ ਦੇ ਵਿੱਚ ਵੀ ਮਿਲ ਜਾਏਗਾ ਕਿਤੇ। ਥਿੰਗਸ ਫਾਲ ਅਪਾਰਟ, ਕਿ ਚੀਜ਼ਾਂ ਕਿਵੇਂ ਟੁੱਟ ਜਾਂਦੀਆਂ, ਉਹ ਸੱਭਿਅਤਾਵਾਂ ਕਿਵੇਂ ਟੁੱਟ ਜਾਂਦੀਆਂ। ਔਰ ਉੱਥੇ ਜਾ ਕੇ ਉਹ ਆਪਣੀਆਂ ਨਵੀਆਂ ਬਸਤੀਆਂ ਜਿਹੜੀਆਂ ਨੇ ਉਹ ਆਬਾਦ ਕਰਦੇ ਨੇ। ਔਰ ਜਿਹੜੇ ਲੋਕ ਯੂਰਪ ਤੋਂ ਉੱਥੇ ਆਉਂਦੇ ਹੈ ਉਹਨਾਂ ਕੋਲ ਆਪਣਾ ਇੱਕ ਸੱਭਿਆਚਾਰਕ ਤਰਕ ਸੀ, ਸੱਭਿਆਚਾਰਕ ਵੀ ਸੀ ਅਤੇ ਧਾਰਮਿਕ ਵੀ ਸੀ, ਧਰਮ ਵੀ ਸੱਭਿਆਚਾਰ ਦਾ ਇੱਕ ਹਿੱਸਾ ਹੈ। ਔਰ ਉਹ ਧਾਰਮਿਕ ਜਿਹਾਦ ਕਰਨ, ਉਸ ਤਰਕ ਅਨੁਸਾਰ ਉਹ ਧਾਰਮਿਕ ਜਿਹਾਦ ਕਰਨ ਦੇ ਲਈ ਉਹਨਾਂ ਧਰਤੀਆਂ ਦੇ ਵਿੱਚ ਉਹਨਾਂ ਧਰਤੀਆਂ ਦੇ ਉੱਤੇ ਆਏ ਸਨ। ਲੇਕਿਨ ਉਹ ਜਿਹਾਦ ਐਸਾ ਸੀ ਜਿਸ ਦਾ ਨਤੀਜਾ ਪੂਰੀਆਂ ਦੀਆਂ ਪੂਰੀਆਂ ਸੱਭਿਅਤਾਵਾਂ ਦਾ ਵਿਨਾਸ਼ ਹੋਣ ਦੇ ਵਿੱਚ ਨਿਕਲਿਆ। ਉਸ ਤੋਂ ਬਾਅਦ ਯੂਰਪ ਦੇ ਵਿੱਚ ਪੂੰਜੀਵਾਦ ਦਾ ਹੋਰ ਅਗਲਾ ਵਿਕਾਸ ਹੋਇਆ ਔਰ ਉਦਯੋਗਿਕ ਪੂੰਜੀ ਹੋਂਦ ਵਿੱਚ ਆਈ, ਇੰਡਸਟਰੀਅਲ ਕੈਪੀਟਲ ਜਿਹਨੂੰ ਕਹਿੰਦੇ ਹਾਂ। ਇਸ ਦੂਸਰੇ ਪੜਾਅ ਉੱਤੇ ਜਦੋਂ ਕਿ ਚੀਜ਼ਾਂ ਬਹੁਤ ਵੱਡੀ ਪੱਧਰ ਦੇ ਉੱਤੇ ਚੀਜ਼ਾਂ ਦਾ ਉਤਪਾਦਨ ਹੋਣ ਲੱਗਾ, ਵਸਤਾਂ ਦਾ ਉਤਪਾਦਨ ਹੋਣ ਲੱਗਾ, ਤਾਂ ਜ਼ਰੂਰੀ ਸੀ ਕਿ ਇੱਕ ਵਾਰ ਫਿਰ ਉਹਨਾਂ ਨੂੰ ਹੋਰ ਨਵੀਆਂ ਧਰਤੀਆਂ ਦੀ ਲੋੜ ਸੀ ਜਿਨ੍ਹਾਂ ਧਰਤੀਆਂ ਦੇ ਉੱਪਰ ਉਹ ਆਪਣੀਆਂ ਵਸਤਾਂ ਵੇਚ ਸਕਣ, ਉਹਨਾਂ ਨਵੀਆਂ ਮੰਡੀਆਂ ਦੀ ਲੋੜ ਸੀ। ਔਰ ਇਸ ਦੂਸਰੇ ਪੜਾਅ ਦੇ ਉੱਤੇ ਉਹਨਾਂ ਨੇ ਏਸ਼ੀਆ ਅਤੇ ਅਫਰੀਕਾ ਦੇ ਉੱਪਰ ਆਪਣਾ ਕਬਜ਼ਾ ਕੀਤਾ। ਸਾਡਾ ਮੁਲਕ ਜਿਹੜਾ ਉਹ ਵੀ ਏਸ਼ੀਆ ਦਾ ਹਿੱਸਾ। ਇਹ ਸਾਡੀਆਂ ਸੱਭਿਅਤਾਵਾਂ ਮੁਕਾਬਲਤਨ ਮਜ਼ਬੂਤ ਸੱਭਿਅਤਾਵਾਂ ਸਨ, ਇਸ ਕਾਰਨ ਅੰਗਰੇਜ਼ ਜਾਂ ਯੂਰਪੀਅਨ ਬਸਤੀਵਾਦੀ ਇਹਨਾਂ ਮੁਲਕਾਂ ਦੀਆਂ ਸੱਭਿਅਤਾਵਾਂ ਦਾ ਉਸ ਤਰੀਕੇ ਨਾਲ ਵਿਨਾਸ਼ ਨਹੀਂ ਕਰ ਸਕੇ। ਸਗੋਂ ਇਸ ਤੋਂ ਉਲਟ ਇੱਥੇ ਇੱਕ ਸੱਭਿਆਚਾਰਕ ਰੂਪਾਂਤਰਣ ਦਾ ਇੱਕ ਵੱਖਰਾ ਤਰੀਕਾ ਜਿਹੜਾ ਹੈ ਉਹ ਸ਼ੁਰੂ ਹੋਇਆ। ਇੱਕ ਸੱਭਿਆਚਾਰਕ ਤਰਕ ਇਸ ਪੜਾਅ ਦੇ ਉੱਤੇ ਵੀ ਬਸਤੀਵਾਦੀਆਂ ਦੇ ਨਾਲ ਨਾਲ ਤੁਰਿਆ। ਉਸ ਸੱਭਿਆਚਾਰਕ ਤਰਕ ਜਿਹੜਾ ਉਹ ਹੁਣ ਧਾਰਮਿਕ ਜਿਹਾਦ ਦਾ ਨਹੀਂ ਸੀ। ਜਿਹਾਦ ਸ਼ਬਦ ਵਰਤਦੇ ਸਨ ਅਤੇ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਉਹਨਾਂ ਦੇ ਲੋਕਾਂ ਨੂੰ ਉਹਨਾਂ ਨੇ ਕਤਲੇਆਮ ਉੱਥੇ ਉਹਨਾਂ ਲੋਕਾਂ ਦਾ ਕੀਤਾ ਜਿਹਾਦ ਦਾ ਤਰਕ ਵਰਤ ਕੇ। ਲੇਕਿਨ ਇੱਥੇ ਇੱਕ ਤਰਕ ਥੋੜ੍ਹਾ ਜਿਹਾ ਵੱਖਰਾ ਸੀ। ਇੱਥੇ ਤਰਕ ਸੀ ਜਿਹਨੂੰ ਰੂਡੀਅਰਡ ਕਿਪਲਿੰਗ ਨੇ ਬਾਅਦ ਵਿੱਚ ਵਾਈਟ ਮੈਨਸ ਬਰਡਨ ਕਿਹਾ, ਗੋਰੇ ਆਦਮੀ ਸਿਰ ਬੋਝ। ਉਹ ਕਹਿੰਦੇ ਕਿ ਅਸਲ ਦੇ ਵਿੱਚ ਇਹ ਜਿਹੜੇ ਮੁਲਕ ਨੇ ਏਸ਼ੀਆ ਦੇ, ਅਫਰੀਕਾ ਦੇ, ਇਹ ਅਨਸਿਵਿਲਾਈਜ਼ਡ ਹੈ, ਇੱਥੇ ਅਸੱਭਿਅਕ ਲੋਕ ਰਹਿੰਦੇ ਨੇ।
ਔਰ ਅਸੀਂ ਸੱਭਿਅਕ ਹਾਂ। ਉਹ ਯੂਰਪੀਅਨ ਲੋਕ ਆਪਣੇ ਆਪ ਨੂੰ ਸੱਭਿਅਕ ਮੰਨਦੇ ਸਨ, ਅਸੀਂ ਸੱਭਿਅਕ ਹਾਂ, ਇਹ ਸਾਰੇ ਲੋਕ ਅਸੱਭਿਅਕ ਨੇ। ਅਤੇ ਸਾਡਾ ਇਹ ਧਾਰਮਿਕ ਫਰਜ਼ ਹੈ, ਧਰਮ ਦਾ ਧਰਮ ਦੀ ਡਿਊਟੀ, ਹੁਣ ਵੀ ਇੱਥੇ ਧਰਮ ਦੀ ਡਿਊਟੀ ਹੈ ਕਿ ਸਾਡਾ ਇਹ ਧਾਰਮਿਕ ਫਰਜ਼ ਹੈ ਕਿ ਅਸੀਂ ਸੱਭਿਅਤਾ ਦੀ ਮਿਸਾਲ ਯੂਰਪ ਦੇ ਵਿੱਚੋਂ ਇਹਨਾਂ ਮਹਾਂਦੀਪਾਂ ਦੇ ਵਿੱਚ ਲੈ ਕੇ ਜਾਣੀ ਹੈ ਔਰ ਇਹਨਾਂ ਲੋਕਾਂ ਨੂੰ ਅਸੀਂ ਸੱਭਿਅਕ ਬਣਾਉਣਾ। ਔਰ ਇਸੇ ਤਰਕ ਦੇ ਵਿੱਚ ਦੇਖੋ ਜਿਹੜੇ ਈਸਾਈ ਮਿਸ਼ਨਰੀ ਸਨ ਉਹ ਇੰਨੇ ਕਾਲੇ ਹੁੰਦੇ ਸਨ ਕਿ ਕਈ ਵਾਰ ਉਹ ਆਪਣੀ ਸਰਕਾਰ ਤੋਂ ਵੀ ਪਹਿਲਾਂ, ਕਿਸੇ ਥਾਂ 'ਤੇ ਹਕੂਮਤ ਬਣਨ ਤੋਂ ਵੀ ਪਹਿਲਾਂ ਉੱਥੇ ਪਹੁੰਚੇ ਹੁੰਦੇ ਸਨ ਲੋਕਾਂ ਨੂੰ ਦੱਸਣ ਦੇ ਲਈ ਕਿ ਦੇਖੋ ਸਾਡਾ ਧਰਮ ਜਿਹੜਾ ਉਹ ਕਿੰਨਾ ਵਧੀਆ ਤੁਹਾਡੇ ਧਰਮਾਂ ਦੇ ਨਾਲੋਂ। ਮਤਲਬ ਬਹੁਤ ਦਿਲਚਸਪ ਗੱਲ ਹੈ ਕਿ ਪਹਿਲਾਂ ਕੀ ਹੁੰਦਾ ਸੀ ਅਤੇ ਬਾਅਦ ਵਿੱਚ ਕੀ ਹੋਇਆ। ਮੈਂ ਸਿਆਲਕੋਟ ਸ਼ਹਿਰ ਦੇ ਬਾਰੇ ਪੜ੍ਹ ਰਿਹਾ ਸਾਂ 1857 ਦੇ ਨੇੜੇ ਤੇੜੇ ਅਤੇ ਉਸ ਤੋਂ ਪਹਿਲਾਂ। ਸਿਆਲਕੋਟ ਇੱਕ ਫੌਜੀ ਛਾਉਣੀ ਸੀ ਔਰ ਉੱਥੇ ਕੀ ਸੀ ਹਾਲਾਤ ਕਿ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਸੀ, ਪਰ ਜਿਵੇਂ ਸਾਡੇ ਪੰਜਾਬ ਦੇ ਵਿੱਚ ਸੀ ਧਰਮਾਂ ਦਾ ਆਪਸ ਦੇ ਵਿੱਚ ਕੋਈ ਵਿਰੋਧ ਨਹੀਂ ਸੀ, ਹਰ ਕੋਈ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਚੱਲਦਾ ਸੀ, ਆਪਣੇ ਧਰਮ ਦੀ ਵਡਿਆਈ ਕਰਦੇ ਸਨ ਆਪੋ ਆਪਣੇ ਧਰਮ ਸਥਾਨਾਂ ਦੇ ਅੰਦਰ ਬੈਠ ਕੇ। ਧਰਮ ਬਾਰੇ ਗੱਲ ਸਿੱਖ ਆਪਣੇ ਗੁਰਦੁਆਰਿਆਂ 'ਚ ਕਰਦੇ ਸਨ, ਹਿੰਦੂ ਆਪਣੇ ਮੰਦਰਾਂ 'ਚ ਕਰਦੇ ਸਨ, ਮੁਸਲਮਾਨ ਆਪਣੀਆਂ ਮਸੀਤਾਂ ਵਿੱਚ ਕਰਦੇ ਸਨ। ਪਰ ਈਸਾਈ ਮਿਸ਼ਨਰੀ ਜਦੋਂ ਆਏ ਤਾਂ ਉਹਨਾਂ ਉਹ ਆਪਣੇ ਗਿਰਜਿਆਂ 'ਚ ਨਹੀਂ ਬੈਠੇ, ਉਹ ਸਿਆਲਕੋਟ ਦੀਆਂ ਸੜਕਾਂ 'ਤੇ ਬੈਠ ਜਾਂਦੇ ਆ। ਸਿਆਲਕੋਟ ਦੀਆਂ ਸੜਕਾਂ 'ਤੇ ਖੜ੍ਹੇ ਹੋ ਕੇ ਉਹ ਲੋਕਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਦੱਸਦੇ ਆ ਕਿ ਸਾਡੇ ਕੋਲ ਆਓ, ਸਾਡਾ ਅਸਲੀ ਧਰਮ ਹੈ, ਤੁਹਾਡੇ ਇੱਥੇ ਵਾਲੇ ਧਰਮ 'ਤੇ ਗਲਤ ਨੇ। ਇਸ ਤਰੀਕੇ ਨਾਲ ਈਸਾਈ ਮਿਸ਼ਨਰੀ ਆਪਣੀ ਉਹ ਇੱਕ ਧਾਰਮਿਕ ਜ਼ੀਲ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਅਨੁਸਾਰ ਆਪਣਾ ਕੰਮ ਕਰਦੇ ਸੀ, ਜਿਹਦਾ ਅਸਰ ਭਾਰਤੀਆਂ ਦੀ ਮਾਨਸਿਕਤਾ ਉੱਪਰ ਬਹੁਤ ਪਿਆ। ਇਹ ਨਹੀਂ ਹੈ ਕਿ ਉਹ ਈਸਾਈ ਬਣਨ ਵੱਲ ਤੁਰੇ, ਉਹ ਡਰ ਗਏ, ਇਸ ਗੱਲ ਨੇ ਉਹਨਾਂ ਦੇ ਅੰਦਰ ਡਰ ਪੈਦਾ ਕੀਤਾ ਕਿ ਕਿਤੇ ਇਹ ਲੋਕ ਸਾਡੇ ਧਰਮ ਨੂੰ ਹੀ ਨਾ ਬਦਲ ਦੇਣ, ਸਾਡਾ ਧਰਮ ਪਰਿਵਰਤਨ ਨਾ ਕਰ ਦੇਣ, ਜਿਹੜਾ ਇੱਕ ਬਹੁਤ ਵੱਡਾ ਫੈਕਟਰ ਸੀ 1857 ਦੇ ਵਿੱਚ ਜੋ ਕੁਝ ਹੋਇਆ ਉਹਦੇ ਉੱਤੇ ਇਸ ਗੱਲ ਦਾ ਬਹੁਤ ਅਸਰ ਪਿਆ। ਸੋ ਬਸਤੀ ਪਰ ਛੇਤੀ ਉਹਨਾਂ ਨੂੰ ਸਮਝ ਲੱਗ ਗਈ ਅੰਗਰੇਜ਼ਾਂ ਨੂੰ ਇਸ ਗੱਲ ਦੀ। 1857 ਤੋਂ ਬਾਅਦ ਉਹਨਾਂ ਨੇ ਮਿਸ਼ਨਰੀਆਂ ਨੂੰ ਸਪੋਰਟ ਕਰਨਾ ਬੰਦ ਕਰ ਦਿੱਤਾ, ਮਿਸ਼ਨਰੀ ਆਪਣੇ ਹਿਸਾਬ ਨਾਲ ਚੱਲੀ ਜਾਂਦੇ ਰਹੇ, ਪਰ ਸਰਕਾਰ ਵੱਲੋਂ ਉਹਨਾਂ ਨੂੰ ਸਪੋਰਟ ਉਸ ਰੂਪ ਵਿੱਚ ਹੁਣ ਨਹੀਂ ਸੀ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੂੰ ਉਹ ਸਮਝ ਸਰਕਾਰ ਸਮਝ ਗਈ ਸੀ ਕਿ ਇਹ ਇੱਥੇ ਸਾਡੇ ਸਮਾਜ ਦੇ ਅੰਦਰ ਗੜਬੜ ਪੈਦਾ ਕਰ ਰਹੇ ਆ। ਅੰਗਰੇਜ਼ ਹਕੂਮਤ ਨੇ ਜਿਵੇਂ ਸਾਡੇ ਸੱਭਿਆਚਾਰ ਨੂੰ ਬਦਲਿਆ ਉਹ ਥੋੜ੍ਹਾ ਜਿਹਾ ਹੋਰ ਵੱਧ ਸੂਖਮ ਸੀ। 1857 ਤੋਂ ਬਾਅਦ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੇ ਸੋਚਿਆ ਕਿ ਅਸੀਂ ਇਹਨਾਂ ਦੇ ਸੱਭਿਆਚਾਰ ਨੂੰ ਬਦਲਣਾ ਨਹੀਂ ਹੈ, ਅਸੀਂ ਇਹਨਾਂ ਦੇ ਸੱਭਿਆਚਾਰ ਅਨੁਸਾਰ ਹੀ ਇਹਨਾਂ ਦੇ ਸਮਾਜਾਂ ਨੂੰ ਚਲਾਉਣਾ ਤਾਂ ਕਿ ਅਸੀਂ ਇੱਥੋਂ ਦੇ ਅਰਥਚਾਰੇ ਵਿੱਚੋਂ ਆਪਣੀ ਜਿਹੜੀ ਪੂੰਜੀ ਖਿੱਚਣੀ ਹੈ, ਆਪਣਾ ਜਿਹੜਾ ਮੁਨਾਫਾ ਖਿੱਚਣਾ ਹੈ, ਜਿਹੜਾ ਕੱਚਾ ਮਾਲ ਅਸੀਂ ਖਿੱਚਣਾ, ਉਹ ਅਸੀਂ ਬਿਨਾਂ ਕਿਸੇ ਰੋਕ ਟੋਕ ਤੋਂ ਸ਼ਾਂਤੀਪੂਰਨ ਮਾਹੌਲ ਦੇ ਵਿੱਚ ਖਿੱਚ ਸਕੀਏ, ਜੋ ਅਸੀਂ ਕੰਮ ਕਰਨਾ ਉਹ ਕਰ ਸਕੀਏ। ਅੰਗਰੇਜ਼ਾਂ ਨੇ ਆ ਕੇ ਪੰਜਾਬ ਬਾਰੇ ਸੋਚਿਆ, ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿਸ ਤਰ੍ਹਾਂ ਦਾ ਹੈ, ਔਰ ਜਿਹੜੀਆਂ ਮਨੋਕਲਪਨਾਵਾਂ ਅੰਗਰੇਜ਼ਾਂ ਨੇ ਪੰਜਾਬ ਬਾਰੇ ਕੀਤੀਆਂ ਦਰਅਸਲ ਉਹ ਮਨੋਕਲਪਨਾਵਾਂ ਉਹਨਾਂ ਦੇ ਆਪਣੇ ਸਮਾਜ ਤੋਂ ਹੀ ਆਈਆਂ ਸਨ। ਉਹ ਸੋਚਦੇ ਸਨ ਕਿ ਜਿਸ ਤਰ੍ਹਾਂ ਦਾ ਸਾਡਾ ਹੁਣ ਸਮਾਜ ਹੈ ਇੰਗਲੈਂਡ ਦੇ ਵਿੱਚ, ਜਿਹੜਾ ਇੱਕ ਪੂੰਜੀਵਾਦੀ ਕਿਸਮ ਦਾ ਸਮਾਜ ਹੈ ਜਿਹਦੇ ਵਿੱਚ ਨਿੱਜੀ ਮਾਲਕੀ ਬਹੁਤ ਮਹੱਤਵਪੂਰਨ ਹੈ, ਉਹਨਾਂ ਨੇ ਆ ਕੇ ਪੰਜਾਬ ਦੀ ਪਰਿਕਲਪਨਾ ਵੀ ਇਸੇ ਤਰ੍ਹਾਂ ਦੀ ਕੀਤੀ ਔਰ ਉਹਨਾਂ ਨੇ ਮਾਲਕੀ ਲੱਭਣ ਦੀ ਕੋਸ਼ਿਸ਼ ਕੀਤੀ, ਕਿਸ ਜ਼ਮੀਨ ਦਾ ਕੌਣ ਮਾਲਕ ਹੈ। ਜ਼ਮੀਨ ਬਾਰੇ ਕੰਮ ਮੁਗਲਾਂ ਨੇ ਵੀ ਬਹੁਤ ਕੀਤਾ, ਉਹਨਾਂ ਨੇ ਵੀ ਰਿਕਾਰਡ ਤਿਆਰ ਕੀਤੇ ਸਨ ਕਿ ਇਹ ਕਿੱਥੇ ਕਿੱਥੇ ਕਿਹਦੀ ਕਿਹਦੀ ਮਾਲਕੀ ਹੈ, ਲੇਕਿਨ ਉਹ ਕੰਮ ਅਜੇ ਮੋਟਾ ਠੁੱਲਾ ਸੀ। ਪਿੰਡ ਦੇ ਪਟਵਾਰੀ ਹੁੰਦੇ ਸਨ ਉਹਨਾਂ ਕੋਲ, ਜਿਹੜਾ ਉਹਨਾਂ ਕੋਲ ਰਿਕਾਰਡ ਹੁੰਦਾ ਸੀ, ਪਰ ਉਹ ਰਿਕਾਰਡ ਐਕੂਰੇਟ ਨਹੀਂ ਸੀ। ਅੰਗਰੇਜ਼ਾਂ ਨੇ ਆ ਕੇ ਆਪਣੇ ਵਿਸ਼ੇਸ਼ਗਯ ਲਗਾਏ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਔਰ ਉਹਨਾਂ ਪਟਵਾਰੀਆਂ ਦੀ ਸਹਾਇਤਾ ਦੇ ਨਾਲ ਉਹਨਾਂ ਨੇ ਜ਼ਮੀਨ ਦੀ ਮੁੜ ਮੈਪਿੰਗ ਕੀਤੀ, ਸਾਰੀ ਜ਼ਮੀਨ ਨੂੰ ਫਿਰ ਦੇਖਿਆ ਪੰਜਾਬ ਦੇ ਵਿੱਚ ਔਰ ਉਹਨਾਂ ਨੇ ਮਾਲਕੀ ਤੈਅ ਕੀਤੀ ਕਿ ਕਿੱਥੇ ਕੌਣ ਹੈ। ਉਸ ਤੋਂ ਪਹਿਲਾਂ ਉਸ ਤਰ੍ਹਾਂ ਦੀ ਮਾਲਕੀ ਸਾਡੇ ਕੋਲ ਨਹੀਂ ਸੀ ਹੁੰਦੀ। ਮਾਲਕੀ ਤੈਅ ਕਰਨ ਲੱਗਿਆ ਅੰਗਰੇਜ਼ਾਂ ਦੇ ਮਨਾਂ 'ਚ ਇਹੀ ਸੀ ਕਿ ਮਾਲਕ ਕੌਣ ਹੁੰਦਾ, ਜ਼ਮੀਨ ਦਾ ਮਾਲਕ ਕੌਣ ਹੈ। ਜ਼ਮੀਨ ਦਾ ਮਾਲਕ ਤੈਅ ਕਰਨ ਲੱਗਿਆ ਉਹਨਾਂ ਨੇ ਇਹ ਦੇਖਿਆ
कि जिहड़ी पंजाब दे विच रवायती काश्तकार जातियां है यही मालक हो सकदियां। वो कहिंदे कुदरती फिर उही मालक होणगियां। सो इसलिए उन्होंने मुख रूप में जिहड़ियां रवायती काश्तकार जातियां सन उन्होंने मालक बनाया। जिहड़े दूसरियां जातियां सन जेकर उन्होंने कोल जमीना सी भी किते तां उन्होंने मालक नहीं बनाया उत्थे, जां दोम दर्जे दे मालक बना दिता है, उन्होंने मुजारे बना दिता, उन्होंने टेनेंट शब्द वरत्या उन्होंने, उन्होंने टेनेंट बना दिता। इस तरीके नाल मालकी का एक नवा स्वरूप उन्होंने इत्थे बनाया, जबकि साडे पंजाब दे विच हुंदा की सी सिर्फ जिहड़ा साडे कोल केंद्रीय पंजाब है ना, केंद्रीय पंजाब का मतलब है माझे तो शुरू कर लो तुसीं, माझा ते दुआबा ते उस तो बाद सतलुज पार करके पुआध का इलाका, तकरीबन ये ऐसा इलाका सी जिथे कि पानी भी बहुत सी और जमीना दे उपर किसान जिहड़े आ टिकवी खेती करते सन, इको थां ते बैठ के खेती करिया करते सन। ये मॉडल अंग्रेज़ों के लिए बड़ा आदर्शक सी, क्योंकि उन्होंने लगता सी कि जिहड़ा किसान टिक के एक थां जमीन उपर बैठ के खेती करेगा उसनू काबू करना उसनू नियंत्रण में रखना बहुत सौखा। पर परला पंजाब खा मुल्तान डेरा गाजी खां वर्गे इलाके या पुआध तो अगे इलाका जिहड़ा साडे कोल है जिहड़ा हुण हरियाणे दे विच भी है, इन्हां थावां दे उपर क्योंकि पानी इन्ना इन्नी आसानी नाल उपलब्ध नहीं सी, इत्थे प्रक्रियावां की सी कि लोग रल के खूह खोददे सन, आबादी भी छिटवीं खिलरी पुंडरी हुंदी सी, केंद्रीय पंजाब वर्गे पिंड बजवें पिंड नहीं सी हुंदे, लोग रल के खूह खोददे सी और खूह खोदण दी प्रक्रिया दे विच या जमीन पदरी करते साफ करते जिथे पहला जंगल हुंदा सी खेती लई जमीन पदरी करते इन्हां प्रक्रियावां दे विच जिहड़ा जिहड़ा बंदा जिन्नी जिन्नी अपनी शक्ति लगाउंदा सी अपनी किरत शक्ति लगाउंदा सी उसे दे अनुसार उन्हां दी उन्हां नूं उहदे चों हिस्सा मिलदा सी। सामी शब्द वरतदे सन, सामी ये अज वाली असामी नहीं है, सम तों सामी, सम मीनस बराबर, बराबर का हिस्सा उन्हां दे विच उन्हां दा हुंदा सी और जिहड़ी जमीन उन्हां दे कब्जे दे विच हुंदी सी। पर क्योंकि अजे सारा कुछ लिखती रूप दे विच करन दा रिवाज नहीं सी पिया, इस करके उन्हां कोल लिखती कागज़ नहीं सी हुंदे। अंग्रेज़ां ने आ के जदों नवें सिरों उह सारा कुछ कीता तां उहदे विच उन्हां ने जो रवायती काश्तकार जातियां सन उन्हां नूं सारिआं नूं मालक बना दिता, लेकिन दूसरियां जातियां दे लोक जिन्हां ने उन्हां प्रक्रियावां विच हिस्सा लिया सी जिहड़े जिन्हां कोल भी जमीनां सन पर उन्हां जमीन उन्हां दी मालकी नूं नहीं मन्निया गया। और इहदा नतीजा की निकलिया कि साडे पंजाब दी दा समाज जिहड़ा पहलां किते वध सांझीवालता वाला समाज सी किते वध बराबरी वाला समाज सी, अंग्रेज़ां ने जिहड़े इस तरह के सारे नवें कानून बनाए जिहड़ी इस तरह की जमीना दी जमीना दा जिहड़ा बंदोबस्त कीता उहदे राहीं साडे पंजाब दे विच वर्गां नूं मजबूत कर दिता, वर्गों विचली वंड नूं मजबूत कर दिता। जिहड़े जिहड़ियां जातियां दे लोग पहलां ही तकड़े सन जिन्हां कोल पहलां ही वध जमीना सन वह होर ज़्यादा तकड़े हो गए, उन्हां कोल होर ज़्यादा जमीना आ गईआं, जिहड़ियां कमज़ोर जातियां कोल मुकाबलतन घट जमीना सन जां निगूणियां जमीना सन उन्हां दीआं उह निगूणियां जां मुकाबलतन घट जमीना भी उन्हां तों खत्म हो गई है। सो इस तरीके दे नाल जिहड़ा आर्थिक पाड़ा सी उस नूं वड्डा करन दे विच अंग्रेज़ां दे इस सारे बंदोबस्त ने जिहड़ा वो रोल अपना निभाया। दूसरी चीज़ उन्होंने की कीती उन्होंने शुरू च आके कोशिश की, कहिंदे असीं इत्थे पंचायती राज लागू करना जी, और पिंड की पंचायत फिर कौन हुई, उन्होंने कहा कि बहुत सारे छोटे मोटे झगड़े जिहड़े है वो पिंड की पंचायत नूं नबेड़ने चाहिए अपने पद्धर दे उत्ते, हुण पिंड की पंचायत किहनां दी होएगी, जिवें अज कल हुंदा कुदरती है कि पिंड दे जिहड़े तकड़े लोग होणगे जिन्हां कोल जमीन वध होएगी जिन्हां दी समाजी हैसियत पहलां ही उच्ची होएगी उही पंचायती होणगे। और जदों उन्हां नूं पंचायती उन्हां ने पंचायत दा रूप दे दिता एक तरह दा कानूनी रूप दे दिता तां उहदा नतीजा फिर उह निकलिया कि जिन्हां दा समाजिक दाबा वध सी उन्हां दा समाजिक दाबा होर ज़्यादा वध गया और जिहड़े निमाणे नताणे लोग सन वह लोग होर ज़्यादा निमाणे नताणे हो गए। चौधरियां ते लंबड़दारां दी जिहड़ी है चौधर ते लंबड़दारी वह पहलां नालों भी मजबूत हो गई। सो इस तरीके नाल अंग्रेज़ां ने
ਸਾਡੇ ਸਮਾਜ ਦਾ ਇੱਕ ਸੱਭਿਆਚਾਰਕ ਜੋ ਤਾਣਾ ਪੇਟਾ ਸੀ, ਜਿਹੜੀਆਂ ਸਾਡੀਆਂ ਸਮਾਜਿਕ ਦਰਜੇਬੰਦੀਆਂ ਸਨ ਪਹਿਲਾਂ ਹੀ, ਉਹਨਾਂ ਸਮਾਜਿਕ ਦਰਜੇਬੰਦੀਆਂ ਨੂੰ ਹੋਰ ਤਕੜਿਆਂ ਕੀਤਾ। ਇੱਕ ਹੋਰ ਜਿਹੜੀ ਸਾਡੇ ਸੱਭਿਆਚਾਰ ਦੇ ਉੱਪਰ ਇੱਕ ਹੋਰ ਬਹੁਤ ਵੱਡਾ ਨਕਾਰਾਤਮਕ ਪ੍ਰਭਾਵ ਪਿਆ। 1857 ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਨੀਤੀ ਸਾਰੇ ਮੁਲਕ ਦੇ ਵਿੱਚ ਅਪਣਾਈ, ਉਹ ਨੀਤੀ ਸੀ ਪਾੜੋ ਅਤੇ ਰਾਜ ਕਰੋ ਵਾਲੀ। ਉਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਇਹਨਾਂ ਦੀਆਂ ਪਛਾਣਾਂ ਦੇ ਆਧਾਰ ਦੇ ਉੱਪਰ ਆਪਸ ਦੇ ਵਿੱਚ ਵੰਡਣਾ। ਉਹਦੇ ਲਈ ਉਹਨਾਂ ਨੇ ਮਰਦਮਸ਼ੁਮਾਰੀਆਂ ਸ਼ੁਰੂ ਕੀਤੀਆਂ ਔਰ ਉਹਨਾਂ ਮਰਦਮਸ਼ੁਮਾਰੀਆਂ ਨੂੰ ਵਰਤ ਕੇ ਉਹਨਾਂ ਨੇ ਨਵੀਆਂ ਜਾਤੀਆਂ ਵੀ ਬਣਾਈਆਂ, ਬਹੁਤ ਸਾਰੀਆਂ ਜਾ। ਉਸ ਤੋਂ ਪਹਿਲਾਂ ਲੋਕ ਜਿਹੜੇ ਸਨ ਉਹ ਮੋਟੇ ਠੁੱਲੇ ਰੂਪ 'ਚ ਰਹਿੰਦੇ ਸਨ, ਕਈ ਵਾਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤੀ ਕੀ ਹੈ, ਕਿਸ ਤਰ੍ਹਾਂ ਦੀ ਹੈ। ਲੇਕਿਨ ਅੰਗਰੇਜ਼ਾਂ ਨੇ ਪਛਾਣ ਕੇ ਉਹਨਾਂ ਨੂੰ ਜਿਹੜੇ ਇਨਿਊਮਰੇਟਰਸ ਹੁੰਦੇ ਸਨ ਉਹਨਾਂ ਨੂੰ ਇਹ ਹਦਾਇਤਾਂ ਹੁੰਦੀਆਂ ਸਨ ਕਿ ਉਹਨਾਂ ਨੂੰ ਪੁੱਛੋ, ਜੇਕਰ ਤੁਸੀਂ ਕਿਸੇ ਨੂੰ ਪੁੱਛਦੇ ਹੋ ਕਿ ਤੁਹਾਡੀ ਕੀ ਜਾਤੀ ਆ, ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ, ਅਤੇ ਉਹਨੂੰ ਪੁੱਛੋ ਕਿ ਤੁਸੀਂ ਕੰਮ ਕੀ ਕਰਦੇ ਹੋ ਔਰ ਉਹਨਾਂ ਦੇ ਕੰਮ ਦੇ ਆਧਾਰ ਦੇ ਉੱਪਰ ਉਹਨਾਂ ਨੂੰ ਉਸ ਜਾਤੀ ਦੇ ਵਿੱਚ ਪਾ ਲਓ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਨੂੰ ਆਧਾਰ ਬਣਾ ਕੇ ਅਤੇ ਜਾਤੀਆਂ ਦੀਆਂ ਹੱਦਬੰਦੀਆਂ ਬਣਾਈਆਂ, ਉਹਨਾਂ ਨੇ ਧਰਮਾਂ ਦੀਆਂ ਹੱਦਬੰਦੀਆਂ ਬਣਾਈਆਂ। ਉਹਨਾਂ ਧਰਮ ਦੇ ਬਾਰੇ ਕੀ ਕੀਤਾ, ਉਹ ਕਹਿੰਦੇ ਕਿ ਦੇਖੋ ਜੇਕਰ ਕੋਈ ਕਹਿੰਦਾ ਕਿ ਮੈਂ ਸਿੱਖ ਹਾਂ ਉਹਨੂੰ ਸਿੱਖ ਲਿਖ ਲਓ, ਜੇਕਰ ਕੋਈ ਕਹਿੰਦਾ ਮੈਂ ਮੁਸਲਮਾਨ ਹੈ ਮੁਸਲਮਾਨ ਲਿਖ ਲਓ, ਬੋਧੀ ਜੈਨੀ ਇਹ ਲਿਖ ਲਓ, ਇਹਨਾਂ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਹਿੰਦੂ ਲਿਖ ਲਓ। ਜੇ ਕੋਈ ਇਹ ਕਹਿੰਦਾ ਕਿ ਮੇਰਾ ਕੋਈ ਧਰਮ ਨਹੀਂ ਹੈ ਜਾਂ ਮੈਨੂੰ ਪਤਾ ਨਹੀਂ ਮੇਰਾ ਕਿਹੜਾ ਧਰਮ ਹੈ, ਇਹ ਕੀ ਹੁੰਦਾ, ਅਤੇ ਉਹਨੂੰ ਹਿੰਦੂ ਲਿਖ ਲਓ। ਸੋ ਇਸ ਤਰੀਕੇ ਨਾਲ ਉਹਨਾਂ ਨੇ ਹਿੰਦੂ ਧਰਮ ਨੂੰ ਉਹਨਾਂ ਨੇ ਇੱਕ ਮੈਜੋਰਿਟੀ ਧਰਮ ਬਣਾਇਆ, ਜਦਕਿ ਇਸ ਤੋਂ ਪਹਿਲਾਂ ਹਿੰਦੂ ਧਰਮ ਨਾਂ ਦੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਸੀ ਇਨਕਲੂਸਿਵ ਜਿਹਨੂੰ ਅਸੀਂ ਕਹਿੰਦੇ ਹਾਂ। ਬਹੁਤ ਤਰ੍ਹਾਂ ਦੀਆਂ ਰਵਾਇਤਾਂ ਪਰੰਪਰਾਵਾਂ ਇੱਥੇ ਸਨ, ਜਨਜਾਤੀਆਂ ਸਨ, ਆਪੋ ਆਪਣੇ ਦੇਵੀ ਦੇਵਤੇ ਸਨ, ਆਪੋ ਆਪਣੇ ਰਸਮਾਂ ਰਿਵਾਜ ਸਨ, ਕੋਈ ਸ਼ੈਵ ਹੈ, ਕੋਈ ਵੈਸ਼ਨਵ ਹੈ, ਕੋਈ ਤੰਤਰਾਂ ਨੂੰ ਮੰਨਣ ਵਾਲਾ ਹੈ, ਇਸ ਤਰੀਕੇ ਦੇ ਸਨ। ਲੇਕਿਨ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਨਾਂ ਜਿਹੜਾ ਧਰਮ ਦਾ ਦੇਣ ਵਾਲਾ, ਇਹ ਨਾਂ ਵੀ ਅੰਗਰੇਜ਼ਾਂ ਨੇ ਦਿੱਤਾ। ਸੋ ਇਸ ਤਰੀਕੇ ਨਾਲ ਉਹਨਾਂ ਨੇ ਸਾਡੇ ਪਹਿਲੇ ਵੱਧ ਸਾਂਝੀਵਾਲਤਾ ਵਾਲੇ ਸਮਾਜ ਸਾਰੇ ਨੂੰ ਜਾਤੀਆਂ ਦੇ ਵਿੱਚ, ਧਰਮਾਂ ਦੇ ਵਿੱਚ ਅਤੇ ਆਰਥਿਕ ਦਰਜੇਬੰਦੀਆਂ ਦੇ ਵਿੱਚ ਹੋਰ ਜ਼ਿਆਦਾ ਜਕੜ ਦਿੱਤਾ। ਔਰ ਅਸੀਂ ਉਹਦਾ ਨਤੀਜਾ ਵੀ ਫਿਰ ਦੇਖਿਆ ਕਿ ਸਾਡੇ ਪੰਜਾਬ ਦੇ ਵਿੱਚ ਤਾਂ ਈਵਨ ਸਾਡੀ ਜਿਹੜੀ ਜ਼ੁਬਾਨ ਹੈ ਪੰਜਾਬੀ, ਉਸ ਨੂੰ ਵੀ ਉਹ ਵੀ ਅੰਗਰੇਜ਼ਾਂ ਦੇ ਵੇਲੇ ਵੰਡੀ ਗਈ ਔਰ ਅੰਗਰੇਜ਼ਾਂ ਦੇ ਵੇਲੇ ਤਿੰਨ ਲਿਪੀਆਂ ਜਿਹੜੀਆਂ ਨੇ ਉਹਨਾਂ ਦਾ ਝਗੜਾ ਖੜਾ ਹੋਇਆ ਔਰ ਇਹ ਫਿਰ ਇਹ ਅੱਗੇ ਚੱਲਦਾ ਇੱਥੋਂ ਤੱਕ ਆ ਗਿਆ ਕਿ ਅਸੀਂ ਧਰਮ ਦੇ ਆਧਾਰ 'ਤੇ ਜ਼ੁਬਾਨਾਂ ਵੀ ਵੰਡ ਲਈਆਂ, ਕਿ ਕਹਿ ਦਿੱਤਾ ਕਿ ਮੁਸਲਮਾਨਾਂ ਦੀ ਜ਼ੁਬਾਨ ਉਰਦੂ ਹੈ, ਹਿੰਦੂਆਂ ਦੀ ਜ਼ੁਬਾਨ ਹਿੰਦੀ ਹੈ, ਅਤੇ ਸਿੱਖ ਜਿਹੜੀ ਪੰਜਾਬੀ ਹੈ ਸਾਡੀ ਉਹ ਰਹਿ ਗਈ ਇਕੱਲੇ ਸਿੱਖਾਂ ਦੇ ਕੋਲ। ਔਰ ਜਿਸ ਦਾ ਨਤੀਜਾ, ਜਿਸ ਦੇ ਸੱਭਿਆਚਾਰਕ ਸਿੱਟੇ ਅਸੀਂ ਬਹੁਤ ਦੇਰ ਤੱਕ ਭੁਗਤੇ, ਆਜ਼ਾਦੀ ਤੋਂ ਬਾਅਦ ਵੀ ਕਿੰਨੇ ਸਾਲਾਂ ਤੱਕ ਅਸੀਂ ਇਹਦੇ ਸਿੱਟੇ ਭੁਗਤਦੇ ਰਹੇ ਹਾਂ। ਸੋ ਇਸ ਤਰ੍ਹਾਂ ਦੇ ਸਾਡੇ ਸਾਰੇ ਸਮਾਜ ਨੂੰ, ਸੱਭਿਆਚਾਰ ਨੂੰ ਬਦਲਣ ਦੇ ਵਿੱਚ, ਨਵਾਂ ਰੂਪ ਦੇਣ ਦੇ ਵਿੱਚ ਉਸ ਪੂੰਜੀ ਦਾ ਵੀ ਹੱਥ ਰਿਹਾ, ਜਿਸ ਨੂੰ ਅਸੀਂ ਬਸਤੀਵਾਦੀ ਪੂੰਜੀ ਕਹਿ ਸਕਦੇ ਹਾਂ, ਬਸਤੀਵਾਦੀਆਂ ਦੇ ਆਉਣ ਦੇ ਨਾਲ ਜੋ ਇੱਥੇ ਪੈਦਾ ਹੁੰਦਾ। ਆਜ਼ਾਦੀ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦਾ ਵਿਕਾਸ ਹੁੰਦਾ। ਆਜ਼ਾਦੀ ਤੋਂ ਬਾਅਦ ਸਾਡੇ ਮੁਲਕ ਦਾ ਜਿਹੜਾ ਪੂੰਜੀਵਾਦ ਹੈ, ਜਿਹੜੀ ਬੁਰਜਵਾਜ਼ੀ ਹੈ, ਜਿਹੜੀ ਸਟੇਟ ਹੈ, ਉਹ ਪੰਜਾਬ ਦੇ ਖਿੱਤੇ ਨੂੰ ਇੱਕ ਖਾਸ ਕੰਮ ਲਈ ਚੁਣਦੀ ਹੈ। ਹਰੀ ਕ੍ਰਾਂਤੀ ਇਕੱਲਿਆਂ ਇਸ ਕਰਕੇ ਨਹੀਂ ਸੀ ਆ ਗਈ ਕਿ ਪੰਜਾਬ ਦੇ ਲੋਕ ਮਿਹਨਤੀ ਬਹੁਤ ਸਨ, ਪੰਜਾਬ ਦੇ ਕਿਸਾਨ ਮਿਹਨਤੀ ਬਹੁਤ ਸਨ, ਉਹ ਇਸ ਲਈ ਵੀ ਆਈ ਕਿਉਂਕਿ ਸਟੇਟ ਨੇ ਇਸ ਇਲਾਕੇ ਨੂੰ ਚੁਣਿਆ ਕਿ ਇਹ ਇਲਾਕਾ ਹੈ ਜਿਸ ਵਿੱਚ ਅਸੀਂ ਹਰੀ ਕ੍ਰਾਂਤੀ ਕਰਾਂਗੇ। ਹਰੀ ਕ੍ਰਾਂਤੀ ਦਾ ਕੀ ਮਤਲਬ ਸੀ? ਹਰੀ ਕ੍ਰਾਂਤੀ, ਦੇਸ਼ ਵਿੱਚ ਜੋ ਅਨਾਜ ਦੀ ਕਮੀ ਸੀ, ਆਜ਼ਾਦੀ ਤੋਂ ਬਾਅਦ ਉਸ ਅਨਾਜ ਦੀ ਕਮੀ ਨੂੰ ਦੂਰ ਕਰਨ ਲਈ ਮਸ਼ੀਨਾਂ ਆਧਾਰਿਤ, ਰਸਾਇਣਾਂ ਆਧਾਰਿਤ ਖੇਤੀ ਜਿਹੜੀ ਹੈ ਉਹ ਲਾਗੂ ਕਰਕੇ ਅਤੇ ਉਸ ਅਨਾਜ ਦੇ ਉਤਪਾਦਨ ਨੂੰ ਵਧਾਉਣਾ ਅਸਲ 'ਚ ਹਰੀ ਕ੍ਰਾਂਤੀ ਦਾ ਮੰਤਵ ਸੀ। ਸੋ ਹਰੀ ਕ੍ਰਾਂਤੀ ਸਾਡੇ ਮੁਲਕ ਦੇ ਵਿੱਚ ਆਈ, ਸਾਡੀ ਧਰਤੀ ਦੇ ਉੱਤੇ ਆਈ ਔਰ ਉਸ ਹਰੀ ਕ੍ਰਾਂਤੀ ਨੇ ਸਾਡਾ ਜਿਹੜਾ ਇਸ ਤੋਂ ਪਹਿਲਾਂ ਵਾਲਾ ਸਮਾਜ ਸੀ ਉਹਦੇ ਰਿਸ਼ਤੇ ਕਿਵੇਂ ਬਦਲੇ,
ਮੈਨੂੰ ਲੱਗਦਾ ਤੁਸੀਂ ਇਹ ਪੰਜਾਬੀ ਸਾਹਿਤ ਬਹੁਤ ਪੜ੍ਹਦੇ ਹੋ, ਮੜੀ ਦਾ ਦੀਵਾ ਤੋਂ ਲੈ ਕੇ ਇਹਦਾ ਸਾਰੇ ਨਾਵਲਾਂ 'ਚ ਹੋਰ ਥਾਵਾਂ ਦੇ ਉੱਪਰ ਕਹਾਣੀਆਂ ਦੇ ਵਿੱਚ ਤੁਸੀਂ ਬਹੁਤ ਬਿਰਤਾਂਤ ਪੜ੍ਹੇ ਹੋਣਗੇ ਕਿ ਕਿਵੇਂ ਹਰੀ ਕ੍ਰਾਂਤੀ ਨੇ ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਤਬਦੀਲ ਕੀਤਾ। ਜਿਹੜੇ ਸਮਾਜਿਕ ਰਿਸ਼ਤੇ ਸਾਡੇ ਪੰਜਾਬ ਦੇ ਵਿੱਚ ਸਨ ਉਹਨਾਂ ਸਮਾਜਿਕ ਰਿਸ਼ਤਿਆਂ ਨੂੰ ਤਬਦੀਲ ਕੀਤਾ। ਦੁਨੀਆ ਵਿੱਚ 1970 ਦੇ ਨੇੜੇ ਤੇੜੇ ਇੱਕ ਵੱਡੀ ਤਬਦੀਲੀ ਆਉਂਦੀ ਹੈ ਜਿਹਦਾ ਸੰਬੰਧ ਸਾਡੇ ਅੱਜ ਦੇ ਸਮਾਜ ਦੇ ਨਾਲ ਹੈ, ਸਾਡੀ ਅੱਜ ਦੀ ਸੱਭਿਆਚਾਰਕ ਰੂਪਾਂਤਰਣ ਦੇ ਨਾਲ ਹੈ। 1970 ਦੇ ਨੇੜੇ ਤੇੜੇ ਜਾ ਕੇ ਅਤੇ ਜਿਹੜੇ ਮਹਾਂਬਿਰਤਾਂਤ ਉਸ ਤੋਂ ਪਹਿਲਾਂ ਸਾਡੇ ਇੱਥੇ ਚੱਲ ਰਹੇ ਸਨ ਉਹ ਖਤਮ ਹੋ ਜਾਂਦੇ ਆ, ਜੜ ਹੋ ਜਾਂਦੇ ਆ, ਖੜੋਤ ਦਾ ਸ਼ਿਕਾਰ ਹੋ ਜਾਂਦੇ ਆ। ਉਹਨਾਂ ਮਹਾਂਬਿਰਤਾਂਤਾਂ ਬਾਰੇ ਵੀ ਤੁਸੀਂ ਬਹੁਤ ਪੜ੍ਹਦੇ ਹੋ, ਮੈਨੂੰ ਲੱਗਦਾ ਤੁਸੀਂ ਖੋਜਾਰਥੀ ਹੋ, ਤੁਸੀਂ ਤਾਂ ਜਾਣਦੇ ਹੋ ਉਹਨਾਂ ਸਾਰਿਆਂ ਨੂੰ। ਹੈਂ, ਇੱਕ ਮਹਾਂਬਿਰਤਾਂਤ ਪਹਿਲਾ ਸੀ ਜਿਹੜਾ ਪੂੰਜੀ ਦਾ, ਉਹ ਸੀ ਯੂਰਪ ਦੇ ਵਿੱਚ ਜਿਹੜਾ ਦੂਜੇ ਵਿਸ਼ਵ ਯੁੱਧ ਵਿੱਚ ਢਹਿ ਢੇਰੀ ਹੋ ਗਿਆ ਸੀ। ਅਮਰੀਕਾ ਦੇ ਕੋਲ ਬਹੁਤ ਪੂੰਜੀ ਸੀ, ਅਮਰੀਕਾ ਦੀ ਸਹਾਇਤਾ ਦੇ ਨਾਲ ਮਾਰਸ਼ਲ ਪਲੈਨ ਉਹਨਾਂ ਨੇ ਬਣਾਇਆ ਕਿ ਅਸੀਂ ਇਹਨਾਂ ਅਰਥ ਵਿਵਸਥਾਵਾਂ ਨੂੰ, ਪੂੰਜੀਵਾਦੀ ਅਰਥ ਵਿਵਸਥਾਵਾਂ ਨੂੰ ਕਿਵੇਂ ਖੜਾ ਕਰਨਾ। ਔਰ ਉਹਦੇ ਵਿੱਚ ਖਾਸ ਤੌਰ 'ਤੇ ਕੇਨਸ ਨੇ ਜੋ ਕਿਹਾ ਸੀ ਕਿ ਸਟੇਟ ਨੂੰ ਸਪੈਂਡਿੰਗ ਕਰਨੀ ਚਾਹੀਦੀ ਹੈ, ਉਹਦੇ ਵਿੱਚ ਉਹਨਾਂ ਨੇ ਮਜ਼ਦੂਰਾਂ ਨੂੰ ਉਹਨਾਂ ਦੀਆਂ ਵੱਡੀਆਂ ਮੋਟੀਆਂ ਤਨਖਾਹਾਂ ਦਿੱਤੀਆਂ, ਪੈਸੇ ਦਿੱਤੇ, ਔਰ ਉਹਦੇ ਨਾਲ ਉਹ ਜਿਹੜੇ ਅਰਥਚਾਰੇ ਸਨ ਉਹ ਦੁਬਾਰਾ ਖੜ੍ਹੇ ਹੋਏ। ਦੂਸਰਾ ਸੀ ਸੋਵੀਅਤ ਯੂਨੀਅਨ ਦਾ, ਜਿੱਥੇ ਕਿ ਸਟੇਟ ਕੈਪੀਟਲਿਜ਼ਮ ਸੀ, ਜਿਹੜਾ ਕੈਪੀਟਲਿਜ਼ਮ ਹੈ ਉਹਨੂੰ ਕੰਟਰੋਲ ਸਟੇਟ ਕਰਦੀ ਸੀ, ਔਰ ਸਟੇਟ ਕੈਪੀਟਲਿਜ਼ਮ ਸੋਵੀਅਤ ਯੂਨੀਅਨ ਵਾਲਾ ਉਹ ਵੀ ਖੜੋਤ ਦਾ ਸ਼ਿਕਾਰ ਹੋ ਜਾਂਦਾ, ਉੱਥੇ ਵੀ ਉਤਪਾਦਨ ਜਿਹੜਾ ਉਹ ਰੁਕ ਜਾਂਦਾ। ਤੀਸਰਾ ਸੀ ਭਾਰਤ ਵਰਗੇ ਮੁਲਕ, ਵਿਕਾਸਸ਼ੀਲ ਮੁਲਕ ਜਿਹੜੇ ਸਨ, ਜਿਹੜੇ ਜਿਹਨਾਂ ਨੂੰ ਨਵੀਂ ਨਵੀਂ ਆਜ਼ਾਦੀ ਮਿਲੀ ਸੀ। ਇੱਥੇ ਕਿਉਂਕਿ ਅਜੇ ਪੂੰਜੀ ਦੀ ਕਮੀ ਸੀ, ਨਿੱਜੀ ਪੂੰਜੀ ਬਹੁਤ ਸਾਰੇ ਉਹ ਖੇਤਰ ਸਨ ਜਿੱਥੇ ਨਿੱਜੀ ਪੂੰਜੀ ਨਿਵੇਸ਼ ਨਹੀਂ ਸੀ ਕਰ ਸਕਦੀ, ਖਾਸ ਤੌਰ 'ਤੇ ਇਨਫਰਾਸਟ੍ਰਕਚਰ ਵਗੈਰਾ, ਜਿੱਥੋਂ ਤੁਰੰਤ ਮੁਨਾਫੇ ਨਹੀਂ ਆਉਣੇ ਹੁੰਦੇ। ਇਸ ਲਈ ਇੱਥੇ ਦੋਹਰਾ ਮਾਡਲ ਅਪਣਾਇਆ, ਜਿਹਨੂੰ ਆਪਾਂ ਨਹਿਰੂ ਮਾਡਲ ਕਹਿੰਦੇ ਹਾਂ, ਕਿ ਇਨਫਰਾਸਟ੍ਰਕਚਰ ਉੱਪਰ ਨਿਵੇਸ਼ ਕਰਨ ਲਈ ਸਰਕਾਰ, ਅਤੇ ਉਹ ਖੇਤਰ ਜਿੱਥੋਂ ਤੁਰੰਤ ਮੁਨਾਫੇ ਆ ਜਾਣੇ ਆ ਉੱਥੇ ਵਿਅਕਤੀਗਤ ਬੰਦੇ ਕੰਪਨੀਆਂ ਉਹਨਾਂ ਉਹ ਖੇਤਰ ਉਹਨਾਂ ਨੂੰ ਦੇ ਦਿੱਤਾ। 70ਵਿਆਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿੱਥੇ ਇਹ ਮਹਾਂਬਿਰਤਾਂਤ ਖੜੋਤ ਦਾ ਸ਼ਿਕਾਰ ਹੁੰਦੇ ਆ, ਉੱਥੇ ਇੱਕ ਹੋਰ ਨਵੀਂ ਤਰ੍ਹਾਂ ਦਾ ਸਮਾਜ ਵੀ ਬਣਨਾ ਸ਼ੁਰੂ ਹੁੰਦਾ, ਖਾਸ ਤੌਰ 'ਤੇ ਯੂਰਪ ਅਤੇ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ। ਇੱਥੇ ਇੱਕ ਨਵੀਂ ਤਰ੍ਹਾਂ ਦਾ ਸੱਭਿਆਚਾਰ ਵਿਕਸਿਤ ਹੁੰਦਾ, ਜਿਸ ਜਿਹੜਾ ਸੱਭਿਆਚਾਰ ਪੂਰੇ ਦਾ ਪੂਰਾ ਨਕਦੀ ਦੇ ਰਿਸ਼ਤੇ ਉੱਤੇ ਟਿਕਿਆ ਹੋਇਆ ਸੀ। ਨਕਦੀ ਦਾ ਰਿਸ਼ਤਾ ਸਾਰਾ ਕੁਝ ਹੋ ਜਾਂਦਾ, ਜਿੱਥੇ ਮਨੁੱਖ ਦਾ ਮਨੁੱਖ ਨਾਲ ਹੋਰ ਸੰਬੰਧ ਕੋਈ ਨਹੀਂ ਰਹਿੰਦਾ, ਇਹ ਸੰਬੰਧ ਜਿਹੜਾ ਇਹ ਪੈਸੇ ਦਾ ਸੰਬੰਧ ਬਣ ਜਾਂਦਾ, ਜਿਹਨੂੰ ਹੁਣ ਅਸੀਂ ਇੱਕ ਉੱਤਰ ਆਧੁਨਿਕ ਸਥਿਤੀ ਕਹਿੰਦੇ ਹਾਂ। 70ਵਿਆਂ ਤੋਂ ਉਹ ਉੱਤਰ ਆਧੁਨਿਕ ਜਿਹੜੇ ਸਮਾਜ ਨੇ ਉਹ ਬਣਨੇ ਸ਼ੁਰੂ ਹੋ ਗਏ ਯੂਰਪ ਅਤੇ ਅਮਰੀਕਾ ਦੇ ਵਿੱਚ, ਜਿੱਥੇ ਇਹ ਗੱਲ ਇੰਪੋਰਟੈਂਟ ਹੁੰਦੀ ਹੈ ਕਿ ਸਾਨੂੰ ਫਾਇਦਾ ਕੀ ਹੈ, ਇਸ ਗੱਲ ਦਾ ਕੀ ਫਾਇਦਾ, ਵਟ ਪੇਜ਼, ਕਹਿੰਦੇ ਉਹੀ ਕਰਦੇ ਹਾਂ ਜੋ ਪੇ ਕਰਦਾ, ਉਹੀ ਕਰਾਂਗੇ। ਇਹ ਹੁਣ ਤਾਂ ਬਹੁਤ ਕਾਮਨ ਆਪਾਂ ਇਹ ਸ਼ਬਦ ਵਰਤਣ ਲੱਗ ਪਏ ਹਾਂ, ਮੈਨੂੰ ਇਹਦਾ ਕੀ ਫਾਇਦਾ, ਜਦੋਂ ਅਸੀਂ ਹਰ ਚੀਜ਼ ਨੂੰ ਆਪਣੇ ਫਾਇਦੇ ਤੱਕ ਸੀਮਤ ਕਰ ਲਿਆ। ਇਸ ਤਰ੍ਹਾਂ ਦਾ ਸੱਭਿਆਚਾਰ ਯੂਰਪ ਅਮਰੀਕਾ ਦੇ ਵਿੱਚ 70ਵਿਆਂ ਦੇ ਵਿੱਚ ਸ਼ੁਰੂ ਹੋਇਆ, ਲੇਕਿਨ ਕਿਉਂਕਿ ਹਿੰਦੁਸਤਾਨ ਵਰਗੇ ਦੇਸ਼ਾਂ ਦੇ ਵਿੱਚ ਅਜੇ ਵੀ ਜਿਹੜੀਆਂ ਹਕੂਮਤਾਂ ਦੇ ਉੱਪਰ ਗਲਬਾ ਉਹਨਾਂ ਵਿਚਾਰਾਂ ਦਾ ਸੀ ਜੋ ਆਜ਼ਾਦੀ ਦੀਆਂ ਲਹਿਰਾਂ ਦੇ ਵਿੱਚੋਂ ਪੈਦਾ ਹੋਏ ਸਨ, ਇਸ ਕਰਕੇ ਹਿੰਦੁਸਤਾਨ ਅੰਦਰ ਇਸ ਤਰ੍ਹਾਂ ਦੀ ਨਵੀਂ ਪੂੰਜੀ ਅਤੇ ਇਸ ਤਰ੍ਹਾਂ ਦੇ ਨਵੇਂ ਵਿਚਾਰ ਆਉਣ ਦੇ ਵਿੱਚ ਦੋ ਦਹਾਕੇ ਹੋਰ ਲੱਗਦੇ ਆ। ਔਰ 90ਵਿਆਂ ਦੇ ਵਿੱਚ ਜਾ ਕੇ ਜਦੋਂ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣਦੇ ਆ, ਅਤੇ ਉਸ ਵੇਲੇ ਇਸ ਸਮਾਜ ਨੂੰ ਖੋਲ੍ਹਣ ਦਾ ਕੰਮ ਸ਼ੁਰੂ ਹੁੰਦਾ, ਭਾਰਤ ਦੇ ਅਰਥਚਾਰੇ ਨੂੰ ਖੋਲ੍ਹਣ ਦਾ ਜਿਹੜਾ ਉਹ ਕੰਮ ਸ਼ੁਰੂ ਹੁੰਦਾ। ਇੱਕ ਚੀਜ਼ ਸਾਨੂੰ ਯਾਦ ਰੱਖਣੀ ਚਾਹੀਦੀ ਹੈ, 60ਵਿਆਂ ਦੇ ਵਿੱਚ ਇੱਕ ਹੋਰ ਕੰਮ ਹੋਇਆ ਜਿਸਨੇ ਬਾਅਦ ਦੇ ਸਮਾਜਾਂ ਨੂੰ ਉਸ ਤਰ੍ਹਾਂ ਦਾ ਬਣਾਉਣ ਵਿੱਚ ਯੋਗਦਾਨ ਪਾਇਆ। 60ਵਿਆਂ ਦਾ ਦਹਾਕਾ ਲਹਿਰਾਂ ਦਾ ਦਹਾਕਾ ਸੀ ਪੂਰੀ ਦੁਨੀਆ ਦੇ ਵਿੱਚ। ਕੱਲ੍ਹ ਮੈਂ ਡਾਕਟਰ ਐਸ ਪੀ ਸਿੰਘ ਦਾ ਇੱਕ ਆਰਟੀਕਲ ਪੰਜਾਬੀ ਟ੍ਰਿਬਿਊਨ 'ਚ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਮੈਂ 70ਵਿਆਂ ਦੇ ਨੇੜੇ ਜੰਮਿਆ, ਅਤੇ ਮੈਂ ਆਪਣੇ ਮਾਂ ਬਾਪ ਨੂੰ ਪੁੱਛਦਾ ਹੁੰਦਾ ਸੀ ਕਿ ਆ ਜੋ ਹੋਇਆ 60ਵਿਆਂ ਦੇ ਵਿੱਚ ਉਹਦੇ 'ਚ ਤੁਸੀਂ ਕੀ ਕੀਤਾ, ਉਹ ਕਹਿੰਦੇ ਅਸੀਂ ਉਹਦੇ 'ਚ ਕੁਝ ਨਹੀਂ ਕੀਤਾ। ਕਹਿੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੀ ਇਹਦੇ ਨਾਲ ਉਹ ਤੁਹਾਡੀ ਥਾਂ 'ਤੇ ਮੈਂ ਹੀ ਜੰਮ ਪੈਂਦਾ ਉਸ ਵੇਲੇ, ਤਾਂ ਕਿ ਮੈਨੂੰ ਮੌਕਾ ਮਿਲਦਾ 60ਵਿਆਂ ਦੇ ਵਿੱਚ ਉਹਨਾਂ ਸਾਰੀਆਂ ਲਹਿਰਾਂ ਵਿੱਚ ਸ਼ਾਮਿਲ ਹੋਣ ਦਾ। 60ਵਿਆਂ ਦੇ ਵਿੱਚ ਫਰਾਂਸ ਦੇ ਵਿੱਚ ਬਹੁਤ ਵੱਡੀ ਵਿਦਿਆਰਥੀ ਲਹਿਰ ਖੜ੍ਹੀ ਹੋਈ। 60ਵਿਆਂ ਵਿੱਚ ਅਮਰੀਕਾ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ
ਸੱਭਿਆਚਾਰਕ ਲਹਿਰ ਖੜੀ ਹੋਈ ਔਰ 60ਵਿਆਂ ਦੇ ਵਿੱਚ ਭਾਰਤ ਦੇ ਅੰਦਰ ਨਕਸਲਵਾੜੀ ਲਹਿਰ ਇੱਥੇ ਵੀ ਚੱਲੀ ਪਰ ਸਾਰਿਆਂ ਥਾਵਾਂ 'ਤੇ ਇਹ ਲਹਿਰਾਂ ਅਸਫਲ ਹੋ ਗਈਆਂ ਔਰ ਉਸ ਅਸਫਲਤਾ ਦੇ ਵਿੱਚੋਂ ਜਿਹੜੀ ਨਿਰਾਸ਼ਾ ਨਿਕਲੀ ਉਸ ਨਿਰਾਸ਼ਾ ਨੇ ਵੀ ਇੱਕ ਨਵੇਂ ਤਰ੍ਹਾਂ ਦੇ ਸੱਭਿਆਚਾਰ ਨੂੰ ਬਣਾਉਣ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ 90ਵਿਆਂ ਦੇ ਵਿੱਚ ਖਾਸ ਤੌਰ 'ਤੇ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਸਾਡਾ ਸਮਾਜ ਇੱਕ ਨਵੀਂ ਤਰ੍ਹਾਂ ਦਾ ਸਮਾਜ ਬਣਨਾ ਸ਼ੁਰੂ ਹੋਇਆ ਇੱਕ ਗੱਲ ਸਮਝਣੀ ਜ਼ਰੂਰੀ ਹੈ ਮੈਂ ਗੱਲ ਆਪਣੀ ਅੱਗੇ ਲਿਜਾਣ ਤੋਂ ਪਹਿਲਾਂ ਤੁਹਾਡੇ ਨਾਲ ਕਰਨੀ ਚਾਹਾਂਗਾ ਉਹ ਗੱਲ ਇਹ ਹੈ ਕਿ ਜਿਹੜੀ ਹਕੂਮਤ ਹੁੰਦੀ ਹੈ ਨਾ ਹਕੂਮਤ ਹਮੇਸ਼ਾ ਆਪਣੇ ਆਪ ਨੂੰ ਪੁੱਗ ਦੇ ਵਿਚਾਰਾਂ ਨੂੰ ਲੋਕਾਂ ਦੇ ਅੰਦਰ ਫੈਲਾਉਣ ਦੇ ਵਿੱਚ ਆਪਣਾ ਯਤਨ ਕਰਦੀ ਹੈ ਕਿ ਸਾਡੀ ਹਕੂਮਤ ਕਿਵੇਂ ਬਣੀ ਰਹੇ ਐਲਥਿਊਜ਼ਰ ਨੇ ਕਿਹਾ ਸੀ ਕਿ ਆਈਡੀਓਲੋਜੀਕਲ ਸਟੇਟ ਆਪਰੇਟਸ ਹੁੰਦਾ ਹੈ ਵਿਚਾਰਧਾਰਕ ਰਾਜ ਦਾ ਵਿਚਾਰ ਦੀ ਇੱਕ ਵਿਚਾਰਧਾਰਕ ਯੰਤਰਕਾਰੀ ਹੈ ਜਿਹਦੇ ਅਨੁਸਾਰ ਚੀਜ਼ਾਂ ਨੂੰ ਲੋਕਾਂ ਦੇ ਅੰਦਰ ਪ੍ਰਸਾਰਿਆ ਜਾਂਦਾ ਹੈ ਨੋਮ ਚਮੈਸਕੀ ਨੇ ਮੈਨੂਫੈਕਚਰਿੰਗ ਕੰਸੈਂਟ ਦੇ ਵਿੱਚ ਜਿਹੜਾ ਸਾਰਾ ਮਾਸ ਮੀਡੀਆ ਹੈ ਜਨਤਕ ਸਾਧਨ ਨੇ ਉਹਨਾਂ ਸਾਰਿਆਂ ਦੇ ਸਟਰਕਚਰ ਦੀ ਚੀਰਫਾੜ ਕੀਤੀ ਕਿ ਕਿਵੇਂ ਕਿਹੜੀਆਂ ਖਬਰਾਂ ਬਣਾਇਆ ਜਾਂਦਾ ਔਰ ਕਿਹੜੀਆਂ ਖਬਰਾਂ ਨੂੰ ਲੁਕਾ ਲਿਆ ਜਾਂਦਾ ਇਹ ਸਰਕਾਰ ਇਹ ਪਹਿਲਾਂ ਵੀ ਇਸ ਤਰੀਕੇ ਨਾਲ ਕਰਦੀ ਹੈ ਲੇਕਿਨ 90ਵਿਆਂ ਤੋਂ ਬਾਅਦ ਇੱਕ ਤਬਦੀਲੀ ਆਉਂਦੀ ਹੈ ਇੱਕ ਰੇਮੰਡ ਵਿਲੀਅਮਸ ਦੀ ਇੱਕ ਗੱਲ ਹੈ ਜਿਹੜੀ ਉਹਨੇ ਆਪਣੀ ਕਿਤਾਬ ਕਲਚਰ ਐਂਡ ਸੋਸਾਇਟੀ ਵਿੱਚ ਕਹੀ ਸੀ ਉਹਨੇ ਕਿਹਾ ਕਿ ਬਿਲਕੁਲ ਜਿਹੜੀ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਸਾਡੇ ਮੇਰੇ ਮੁਤਾਬਕ ਸਰਕਾਰ ਮੁਤਾਬਕ ਹਕੂਮਤ ਮੁਤਾਬਕ ਵਿਚਾਰ ਲੋਕਾਂ ਦੇ ਅੰਦਰ ਜਾਣੇ ਚਾਹੀਦੇ ਹੈ ਪਰ ਉਹਨੇ ਕਿਹਾ ਕਿ ਗਵਰਨਮੈਂਟ ਕੈਨ ਨੋਟ ਬੀ ਗਵਰਨਮੈਂਟ ਇਨ ਐਗਜ਼ਾਈਲ ਕੋਈ ਵੀ ਸਰਕਾਰ ਜਲਾਵਤਨ ਸਰਕਾਰ ਨਹੀਂ ਹੋ ਸਕਦੀ ਇਹਦਾ ਮਤਲਬ ਇਹ ਹੈ ਕਿ ਹਕੂਮਤ ਜਿਹੜੇ ਵੀ ਵਿਚਾਰ ਦੇਣੇ ਚਾਹੁੰਦੀ ਹੈ ਉਹਨਾਂ ਵਿਚਾਰਾਂ ਦੇ ਲਈ ਜੇਕਰ ਸਮਾਜਿਕ ਜ਼ਮੀਨ ਜੇਕਰ ਆਰਥਿਕ ਜ਼ਮੀਨ ਉਸ ਮੁਲਕ ਅੰਦਰ ਹੋਏਗੀ ਲੋਕ ਤਾਂ ਹੀ ਉਹਨਾਂ ਵਿਚਾਰਾਂ ਨੂੰ ਪ੍ਰਵਾਨ ਕਰਨਗੇ ਲੋਕਾਂ ਅੰਦਰ ਤਾਂ ਹੀ ਉਹ ਵਿਚਾਰ ਜਾਣਗੇ ਜੇਕਰ ਉਹ ਹਾਲਾਤ ਨਹੀਂ ਹਨ ਪ੍ਰਸਥਿਤੀਆਂ ਨਹੀਂ ਹਨ ਤਾਂ ਫਿਰ ਸ਼ਾਇਦ ਹਕੂਮਤ ਵੀ ਉਹਨਾਂ ਵਿਚਾਰਾਂ ਨੂੰ ਲੋਕਾਂ ਦੇ ਅੰਦਰ ਭਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੀ ਸੋ 90ਵਿਆਂ ਤੋਂ ਬਾਅਦ ਭਾਰਤ ਅੰਦਰ ਐਸੀ ਜ਼ਮੀਨ ਮੌਜੂਦ ਸੀ ਜਿਹਦੇ ਕਰਕੇ ਜਿਹੜਾ ਇੱਕ ਨਵਾਂ ਹਮਲਾ ਹੋਇਆ ਹਮਲੇ ਵਾਂਗ ਸੱਭਿਆਚਾਰਕ ਪੂੰਜੀ ਆਈ ਸੋ ਉਹਦਾ ਅਸਰ ਇਸੇ ਲਈ ਹੋਇਆ ਕਿਉਂਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਪੜਾਅ ਇਸ ਪੜਾਅ ਦੇ ਵਿੱਚ ਸਾਡਾ ਸਮਾਜ ਇਸ ਤਰ੍ਹਾਂ ਨਾਲ ਨਰਮ ਹੋ ਗਿਆ ਸੀ ਇਸ ਤਰੀਕੇ ਨਾਲ ਅਨਿਸ਼ਚਿਤ ਹੋ ਗਿਆ ਸੀ ਜਿਹਦੇ ਵਿੱਚ ਨਵੇਂ ਤਰ੍ਹਾਂ ਦੇ ਸੰਬੰਧ ਪੈਦਾ ਹੋਣੇ ਜਾਂ ਨਵੇਂ ਸੰਬੰਧਾਂ ਦੇ ਜੜ੍ਹਾਂ ਜਮਾਉਣ ਦੀ ਪੂਰੀ ਸੰਭਾਵਨਾ ਬਣ ਗਈ ਸੀ ਇਹ ਕੀ ਹੋਇਆ ਨਵਾਂ 90ਵਿਆਂ ਤੋਂ ਬਾਅਦ ਜਿਹੜੀ ਪੂੰਜੀ ਆਈ ਜਿਸ ਪੂੰਜੀ ਦਾ ਜ਼ੋਰ ਹੋਇਆ ਉਹ ਪੂੰਜੀ ਕਲਚਰਲ ਪੂੰਜੀ ਹੈ ਸੱਭਿਆਚਾਰਕ ਪੂੰਜੀ ਅੱਜ ਦੇ ਸਾਡੇ ਸਾਰਾ ਜੀਵਨ ਦੇ ਵਿੱਚ ਅਸੀਂ ਜੋ ਕੁਝ ਚੀਜ਼ਾਂ ਜਿਹੜੀਆਂ ਵਰਤ ਰਹੇ ਹਾਂ ਸਾਰਾ ਸੱਭਿਆਚਾਰ ਦਾ ਹਿੱਸਾ ਸਾਡੇ ਸੱਭਿਆਚਾਰ ਦਾ ਹਿੱਸਾ ਔਰ ਇਹ ਸੱਭਿਆਚਾਰਕ ਖੇਤਰ ਹੈ ਸੱਭਿਆਚਾਰ ਦੇ ਖੇਤਰ ਨੂੰ ਪੂੰਜੀ ਦੇ ਨਿਵੇਸ਼ ਲਈ ਇੱਕ ਵੱਡਾ ਖੇਤਰ ਜਿਹੜਾ ਉਹ ਬਣਾ ਲਿਆ ਗਿਆ ਔਰ ਹੋਇਆ ਕਿ ਪਹਿਲਾਂ ਕੀ ਲੋਕ ਸਮਝਦੇ ਸਨ ਪਹਿਲਾਂ ਇਹ ਵਿਚਾਰ ਸੀ ਕਿ ਇੱਕ ਆਰਥਿਕਤਾ ਹੁੰਦੀ ਹੈ ਮੁੱਖ ਰੂਪ ਦੇ ਵਿੱਚ ਔਰ ਜਿਹਨੂੰ ਬੇਸ ਕਹਿੰਦੇ ਹੈ ਅਤੇ ਦੂਸਰਾ ਸੁਪਰ ਸਟਰਕਚਰ ਹੁੰਦਾ ਔਰ ਆਰਥਿਕਤਾ ਦਾ ਦੇ ਆਧਾਰ ਉੱਤੇ ਸੁਪਰ ਸਟਰਕਚਰ ਬਣਦਾ ਔਰ ਇਹਦਾ ਮਤਲਬ ਇਹ ਹੈ ਕਿ ਜੋ ਸਾਡਾ ਸੱਭਿਆਚਾਰ ਹੈ ਉਹ ਆਰਥਿਕਤਾ ਦੇ ਉੱਪਰ ਨਿਰਭਰ ਕਰਦਾ ਪਰ ਇਸ ਸਮੇਂ ਤੋਂ ਬਾਅਦ ਕੀ ਹੋਇਆ ਕਿ ਸੱਭਿਆਚਾਰ ਦਾ ਖੇਤਰ ਹੀ ਸਾਡੀ ਆਰਥਿਕਤਾ ਦਾ ਸਾਡਾ ਬੇਸ ਬਣ ਗਿਆ ਆਧਾਰ ਬਣ ਗਿਆ ਜਿਹਦੇ ਨਾਲ ਸੱਭਿਆਚਾਰਕ ਤਬਦੀਲੀਆਂ ਸੱਭਿਆਚਾਰਕ ਰੂਪਾਂਤਰਣ ਹੋਰ ਵੀ ਜ਼ਿਆਦਾ ਤੇਜ਼ ਹੋ ਗਿਆ ਮਾਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿੰਨੇ ਵੱਡੇ ਪੱਧਰ 'ਤੇ ਸਾਡੇ ਵਿੱਚ ਆਇਆ ਉਹ ਤਾਂ ਸਾਡੇ ਸਾਹਮਣੇ ਹੀ ਹੈ ਉਹਦੇ ਨਾਲ ਸੋਸ਼ਲ ਮੀਡੀਆ ਵੀ ਆਇਆ ਸਮਾਜਿਕ ਜਿਹੜਾ ਮੀਡੀਆ ਹੈ ਉਹ ਵੀ ਸਾਡੇ ਕੋਲ ਆਇਆ ਪੂੰਜੀਵਾਦ ਇੱਕ ਹੀ ਤਰ੍ਹਾਂ ਦਾ ਮਨੁੱਖ ਜਿਹੜਾ ਹੈ ਉਹ ਸਿਰਜਣ ਦਾ ਦੀ ਕੋਸ਼ਿਸ਼ ਕਰਦਾ ਔਰ ਅਸੀਂ ਫਰਕ ਦੇਖ ਸਕਦੇ ਹਾਂ ਕਿ ਕੀ ਹੋਇਆ ਅਸੀਂ ਉਹਨਾਂ ਪ੍ਰਕਿਰਿਆਵਾਂ ਨੂੰ ਦੇਖ ਸਕਦੇ ਹਾਂ ਕਿ ਕਿਵੇਂ ਵਾਪਰਿਆ ਇਸ ਸੱਭਿਆਚਾਰਕ ਪੂੰਜੀ ਦੇ ਇਸ ਤਰੀਕੇ ਨਾਲ ਹਾਵੀ ਹੋਣ ਤੋਂ ਬਾਅਦ ਸੱਭਿਆਚਾਰਕ ਪੂੰਜੀ ਇਹ ਯਤਨ ਕਰਦੀ ਹੈ ਕਿ ਬੰਦਾ ਜਿਹੜਾ ਉਹ ਸਾਰੀ ਦੁਨੀਆ ਵਿੱਚ ਇੱਕੋ ਤਰ੍ਹਾਂ ਦਾ ਬੰਦਾ ਹੋਵੇ ਉਹ ਬੰਦਾ ਕਿਸ ਤਰ੍ਹਾਂ ਦਾ ਜਿਹਦਾ ਮੰਤਵ ਸਿਰਫ ਇੱਕੋ ਇੱਕ ਹੈ ਖਪਤ ਕਰਨਾ ਇਸ ਤੋਂ ਪਹਿਲਾਂ ਬੰਦੇ ਨੂੰ ਪ੍ਰੋਡਿਊਸਰ ਸਮਝਿਆ ਜਾਂਦਾ ਸੀ ਬੰਦਾ ਸਿਰਜਕ ਸੀ
उत्पादन करने वाला सी पर हुण बंदे नूं सिर्फ खपत करने वाला बना दिता कि बंदे का काम की है ये कहना ये दिल मांगे मोर दिल मांगे मोर होर कुछ नहीं समाजिक चीज़ां समाजिक जिहड़े साढ़े जिहड़े 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 सारे वख वख तरह के मंतव सन वह सारे खत्म कर दिते और एक तरह का कंज्यूमर कल्चर खपत सभ्याचार पैदा होना शुरू होया। सारे माध्यम ने जन माध्यम ने ये बहुत वड्डा रोल अदा किया। तुसी देखो आप एक उदाहरण लैने टीवी दी टीवी साडे देखद्या देखद्या साडे समाज दे विच आया। असी वह भी समा देखिया जदों टीवी हुंदा ही नहीं सी लोग उदों भी सी उदां दी जिंदगी होर तरह की सी। फिर टीवी आया सानू याद है जदों पिंड दे विच पहले टीवी आए उदों की होया फिर टीवी उहनां दी गिणती वधी फिर की होया टीवी आने के नाल की होया कि जेड़े शाम नू मुंडे कुड़ियां बाहर गलियां च खेडदे सन वो सारे समय दे विच एक तरह की सांझी जिंदगी सी इस टीवी दे आने दे नाल खत्म हो गई क्योंकि शाम नू जदों खास तौर पर फिल्म आउंदी सी हफ्ते च एक या दो बार फिल्म आउंदियां सी चित्रहार आउंदा हुंदा सी शनिवार नू इस तरह के लोकप्रिय प्रोग्राम जदों आउंदे सन तां लोक घरां दे अंदर बंद होने शुरू हो गए। शुरू विच इदां होया कि थोड़े पिंड विच थोड़े टीवी हुंदे सन तां सारे आंढ गुआंढ दे लोक एक घर च बैठ के टीवी देखदे सी टीवी उन्होंने वेहड़े च लगा देना सारिया ने बैठना किसी ने मंजिया ते कुर्सियां ते थले बोरियां विछा के बैठ जाना। हौली हौली टीवी का विस्तार होया हर घर दे विच टीवी आ गया फिर की होया कि घर का परिवार हुण एक इकाई बन गया खपत दी और घर का परिवार एक थां ते बैठ के वो टीवी वेखण लग पिया सो वो जिहड़ा एक समूह सी वो समूह होर सुंगड़ के एक परिवार तक आ गया। उस तो बाद होर अगे टीवी फैलिया घर दे विच जिन्ने कमरे है उन्ने ही कमरियां दे विच टीवी आ गया उहदे नाल की होया जिहड़ा परिवार सी जिहड़ा कदे इकट्ठा बैठ के टीवी देखदा सी वह काम भी खत्म हो गया। उस तों भी अगे चलो चलो टीवी तां चलो कमरे दे विच हुण दो नहीं लग सकदे तां फिर उहनां ने की कीता कि हर व्यक्ति दे हत्थ विच फोन फड़ा दिता इक्को ही कमरे दे विच भी दो बंदे बैठे है तो वह भी आपो अपने फोन के उपर आपो अपना मटीरियल देख रहे तो इस तो अंदाज़ा लगाओ कि व्यक्तिवाद का एक किन्ना तिखा रूप है जिहड़ा इस सभ्याचारक पूंजी ने कायम कर दिता और इस चीज़ ने साडे सोचण समझण का सारा तरीक नज़रिया ही बदल दिता सानू एकागर नहीं रहन दिता। तुसी किते पुरानियां फिल्मां पुराने नाटक देखो तुसी उच्च देखोगे कि शॉट किन्ने लंबे लंबे शॉट है तुसी एकागर होकर किसी का चेहरा देख सकते हो एकागर होकर कोई दृश्य देख सकते हो पर जदों ये सभ्याचारक पूंजी आई तो इन्होंने उस उन्हां शॉट्स नूं छोटे छोटे करना शुरू कर दिता इन्ने छोटे कि कई बार अख भी नहीं चमकते तो उन्ने समय के किन्ने ही दृश्य जिहड़े वो निकल जाते हैं तुसी किसी भी एक उत्ते कॉन्सनट्रेट नहीं कर सकते एकागर नहीं हो सकते ताडे एकागर होण दी जिहड़ी एक साडी बिरती है जिहड़ी साडी एक समर्था है उस चीज़ नूं भी इन्हां ने खत्म कर दिता और बंदे नूं नियंत्रित किया। ये साधन जिहड़े ने ये बंदे नूं आज़ाद करन वाले साधन नहीं जिवें सानूं लगदा सगों ये बंदे दा नियंत्रण बंदे नूं नियंत्रित करन वाला साधन है। ये सानूं लगता कि टीवी सानूं आ जिहड़े फोन है सानूं सुरक्षा दिंदा हुण की हुंदा कि परिवार खास तौर पर कुड़ियों की सुरक्षा तो बारे ज़्यादा चिंता होंदी है वो फोन इस करके जरूर देंदे आ भी चलो दस दे रहे हो जी दस दे रहे हो। ये असुरक्षता की भावना भी कितों आई ये भी ये जदों ये इस तरह की पूंजी आई तो इसने असुरक्षता की भावना पैदा करके इनू जरूरत बनाया। साढ़े वेले की जदों असी विद्यार्थी सदों कोई सैलफोन नहीं सी होंदे और असी पढ़न शहर जाते पिंड चो तो असी रह जाते शहर कई बार तो साढ़े घरद्या कभी चिंता नहीं होंगी भी की हो गया मुंडा आया क्यों नहीं अजे तक सोचते सी अपने किसी दोस्त को रह गया होना कोई नहीं आ जाएगा पर अज तुसी इमेजिन करो सिर्फ कुड़ियों बारे तो सोच ही नहीं सकते मुंडिया बारे भी देख लो मुंडिया भी दसना पैंदा जेकर तुसी नहीं आ सकते घर पर नहीं पर सकते तो फोन करना जरूरी है। सो ये असुरक्षता की भावना ये कंट्रोल करन की भावना है तुसी कित्थे चले जाओगे। असी जिहड़े नौकरियां करते हैं साडे विभागां ने साडे बॉस बॉस जिहड़े वो इहनूं वरतदे सानूं कंट्रोल करन लई
ਉਹ ਤੁਹਾਨੂੰ 300 ਰੁਪਇਆ ਦਿੰਦੇ ਹੈ ਕਿ ਲਓ ਜੀ ਆਹ ਮੋਬਾਈਲ ਪੱਤਾ ਹੈ, ਹੁਣ ਤੁਸੀਂ ਇਹਨੂੰ ਔਫ ਨਹੀਂ ਕਰ ਸਕਦੇ। ਪਹਿਲਾਂ ਤਾਂ 5 ਵਜੇ ਸੰਸਥਾ ਬੰਦ, ਤੁਸੀਂ ਘਰ ਚਲੇ ਗਏ, ਹੁਣ ਜ਼ਿੰਦਗੀ ਤੁਹਾਡੀ ਹੈ। ਹੁਣ ਤਾਂ ਤੁਸੀਂ 5 ਵਜੇ ਤੋਂ ਬਾਅਦ ਵੀ ਇਹਨੂੰ ਔਫ ਨਹੀਂ ਕਰ ਸਕਦੇ। 5 ਵਜੇ ਤੋਂ ਬਾਅਦ ਵੀ ਸੋਸ਼ਲ ਮੀਡੀਆ ਰਾਹੀਂ ਤੁਹਾਡੀ ਖਬਰ ਰੱਖੀ ਜਾਂਦੀ ਹੈ, ਕੋਈ ਕੰਮ ਆ ਗਿਆ ਅਤੇ ਉਸੇ ਵੇਲੇ ਹੀ ਤੁਹਾਨੂੰ ਅੱਗੇ ਉਹਨਾਂ ਨੇ ਫਾਰਵਰਡ ਕਰ ਦੇਣਾ। ਤੁਸੀਂ ਕਦੇ ਵੀ ਔਫ ਨਹੀਂ ਹੋ ਸਕਦੇ। ਸੋ ਇਸ ਤਰੀਕੇ ਦੇ ਨਾਲ ਇਸ ਨਵੇਂ ਮੀਡੀਆ ਨੇ, ਸੋਸ਼ਲ ਮੀਡੀਆ ਨੇ ਬੰਦੇ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਆਪਣੀ ਭੂਮਿਕਾ ਜਿਹੜੀ ਹੈ ਉਹ ਨਿਭਾ ਰਹੀ ਹੈ। ਇੱਕ ਬਹੁਤ ਇੰਪੋਰਟੈਂਟ ਪ੍ਰਕਿਰਿਆ ਜਿਹੜੀ ਇਸ ਨਵੇਂ ਸੱਭਿਆਚਾਰਕ ਰੂਪਾਂਤਰਣ ਦੀ ਹੈ, ਆਪਾਂ ਸਾਰੇ ਇਹਦੇ 'ਚੋਂ ਲੰਘਦੇ ਹਾਂ ਪਰ ਕਈ ਵਾਰ ਸੁਚੇਤ ਨਹੀਂ ਹੁੰਦੇ, ਉਹ ਹੈ ਕਿ ਕਿਵੇਂ ਇੱਕ ਪ੍ਰਤੀਬਿੰਬੀਕਰਨ ਦੀ ਪ੍ਰਕਿਰਿਆ ਨੂੰ ਸਰਵ ਵਿਆਪਕ ਬਣਾ ਦਿੱਤਾ ਗਿਆ। ਇਮੇਜਸ ਬਹੁਤ ਇੰਪੋਰਟੈਂਟ ਕਰ ਦਿੱਤੀਆਂ ਗਈਆਂ, ਪ੍ਰਤੀਬਿੰਬ ਅਸਲ ਨਾਲੋਂ ਵੀ ਮਹੱਤਵਪੂਰਨ ਬਣਾ ਦਿੱਤਾ ਗਿਆ। ਉਹਨੂੰ ਤੁਸੀਂ ਭਾਵੇਂ ਸਿਮੂਲੇਕਰਾ ਸਮਝ ਲਓ, ਬੌਦਰੀਲਾ ਜਿਵੇਂ ਕਹਿੰਦਾ, ਜਾਂ ਹਾਈਪਰ ਰਿਐਲਿਟੀ ਕਹਿ ਲਓ, ਜੋ ਵੀ ਉਹਨੂੰ ਕਹਿਣਾ ਤੁਸੀਂ ਕਹਿ ਸਕਦੇ ਹੋ। ਪਰ ਇਹ ਪ੍ਰਕਿਰਿਆ ਕੀ ਹੈ ਕਿ ਇਹਦੇ ਵਿੱਚ ਜਿਹੜਾ ਫੋਟੋ ਹੈ, ਜਿਹੜੀ ਜਿਹੜਾ ਬਿੰਬ ਹੈ, ਪ੍ਰਤੀਬਿੰਬ ਹੈ, ਇਹ ਅਸਲ ਨਾਲੋਂ ਮਹੱਤਵਪੂਰਨ ਹੈ। ਅਸੀਂ, ਮੈਂ, ਮੇਰੀ ਹੋਂਦ ਮਹੱਤਵਪੂਰਨ ਨਹੀਂ ਹੈ, ਮਹੱਤਵਪੂਰਨ ਕੀ ਹੈ? ਮੇਰੀ ਫੋਟੋ। ਇਸ ਕਰਕੇ ਮੈਂ ਹਰ ਵੇਲੇ ਸੈਲਫੀ ਖਿੱਚਦਾ ਰਹਿੰਦਾ। ਅਸੀਂ ਕਿਤੇ ਘੁੰਮਣ ਜਾਂਦੇ ਹਾਂ, ਕਿਸੇ ਪਹਾੜੀ ਸਥਾਨ 'ਤੇ ਅਸੀਂ ਘੁੰਮਣ ਜਾਂਦੇ ਹਾਂ, ਤੁਸੀਂ ਉੱਥੇ ਜਾ ਕੇ ਦੇਖੋ ਸੈਲਾਨੀ ਕਰਦੇ ਕੀ ਹੈ। ਹਰ ਥਾਂ ਉੱਤੇ ਜਾ ਕੇ ਸੈਲਾਨੀ ਦਾ ਸਭ ਤੋਂ ਪਹਿਲਾਂ ਕੰਮ ਕੀ ਹੁੰਦਾ? ਫੋਟੋ ਖਿੱਚਣੀ। ਉਹ ਉਸ ਚੀਜ਼ ਨੂੰ ਉਹ ਕੈਮਰੇ ਦੇ ਵਿੱਚੋਂ ਦੇਖਣਾ ਪਸੰਦ ਕਰਦੇ ਆ। ਨੰਗੀ ਅੱਖ ਦੇ ਨਾਲ ਦੇਖੀ ਹੋਈ ਚੀਜ਼, ਨੰਗੀ ਅੱਖ ਨਾਲ ਪ੍ਰਾਪਤ ਹੋਇਆ ਅਨੁਭਵ ਉਹਨਾਂ ਨੂੰ ਘੱਟ ਮਹੱਤਵਪੂਰਨ ਲੱਗਦਾ। ਜਦਕਿ ਹੋਣਾ ਕੀ ਚਾਹੀਦਾ ਕਿ ਤੁਸੀਂ ਇੱਕ ਖੂਬਸੂਰਤ ਦ੍ਰਿਸ਼ ਤੁਸੀਂ ਦੇਖ ਰਹੇ ਹੋ ਤਾਂ ਉਹਨੂੰ ਦੇਖੋ, ਉਹਨੂੰ ਆਪਣੀਆਂ ਅੱਖਾਂ ਦੇ ਵਿੱਚ ਆਪਣੇ ਅੰਦਰ ਹੀ ਇਸ ਤਰੀਕੇ ਨਾਲ ਭਰ ਲਓ ਕਿ ਜਦੋਂ ਵੀ ਤੁਸੀਂ ਉਹਨੂੰ ਯਾਦ ਕਰੋ ਤੁਸੀਂ ਖੁਸ਼ ਹੋ ਜਾਓ। ਜਿਵੇਂ ਪ੍ਰਕਿਰਤੀ ਦੇ ਬਾਰੇ ਵਰਡਸਵਰਥ ਕਹਿੰਦਾ ਕਿ ਉਹ ਪ੍ਰਕਿਰਤੀ ਸਾਨੂੰ ਉਦੋਂ ਹੀ ਨਹੀਂ ਆਨੰਦ ਦਿੰਦੀ ਜਦੋਂ ਅਸੀਂ ਉਹਦੇ ਨਾਲ ਜੁੜੇ ਹੁੰਦੇ ਹਾਂ, ਉਹ ਆਪਣੀ ਯਾਦ ਰਾਹੀਂ ਵੀ ਸਾਨੂੰ ਆਨੰਦਿਤ ਕਰਦੀ ਹੈ। ਪਰ ਯਾਦ ਰਾਹੀਂ ਆਨੰਦ ਲੈਣ ਦੀ ਸਮਰੱਥਾ ਦੇ ਉੱਤੇ ਸਾਨੂੰ ਸ਼ੱਕ ਖੜਾ ਹੋ ਗਿਆ, ਇਸ ਕਰਕੇ ਅਸੀਂ ਉਸ ਪ੍ਰਕਿਰਤੀ ਦਾ ਆਨੰਦ ਵੀ ਉਹਦੀ ਫੋਟੋ ਖਿੱਚ ਕੇ ਲੈਣੀ ਚਾਹੁੰਦੇ ਹਾਂ। ਇਸੇ ਲਈ ਅਸੀਂ ਹਰ ਵੇਲੇ ਸੈਲਫੀ ਖਿੱਚਦੇ ਹਾਂ। ਮੈਨੂੰ ਲੱਗਦਾ ਤੁਹਾਡਾ ਡਿਪਾਰਟਮੈਂਟ 'ਤੇ, ਕਿਉਂਕਿ ਸਾਹਿਤ ਵਾਲਾ ਡਿਪਾਰਟਮੈਂਟ ਹੈ, ਇੱਥੇ ਥੋੜ੍ਹੀ ਜਿਹੀ ਇਹ ਕਲਚਰ ਘੱਟ ਹੋਏਗਾ। ਹਾਂਜੀ, ਲੇਕਿਨ ਇਹ ਅਸਲ 'ਚ ਆਪਣੀ ਹੋਂਦ ਪ੍ਰਤੀ ਬੇਗਾਨਗੀ ਜਿਹੜੀ ਜੋ ਪੂੰਜੀਵਾਦ ਪੈਦਾ ਕਰਦਾ, ਅਸਲ 'ਚ ਉਹਦਾ ਸਿੱਟਾ। ਇਹ ਇੱਕ ਤਰ੍ਹਾਂ ਦਾ ਐਕਸਟ੍ਰੀਮ ਨਾਰਸਿਜ਼ਮ ਹੈ, ਸਵੈ ਪ੍ਰੇਮ, ਕਿ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਵਿਅਕਤੀ ਸਮਝਦੇ ਹਾਂ, ਔਰ ਫਿਰ ਅਸੀਂ ਸੈਲਫੀ ਖਿੱਚਦੇ ਹਾਂ ਕਰਦੇ ਕੀ ਹਾਂ, ਨਾਲ ਅਸੀਂ ਬਿਊਟੀ ਫਿਲਟਰ ਵੀ ਲਗਾਉਂਦੇ ਹਾਂ। ਅਸੀਂ ਆਪਣੇ ਉਸ ਰੂਪ ਨੂੰ ਫਿਰ ਦੇਖਣਾ ਚਾਹੁੰਦੇ ਹਾਂ, ਪ੍ਰਸਾਰਨਾ ਚਾਹੁੰਦੇ ਹਾਂ, ਜਿਹੜਾ ਉਹਨਾਂ ਫਿਲਟਰਾਂ ਨੇ ਸਾਡਾ ਬਣਾਇਆ ਹੁੰਦਾ। ਉਹ ਸ਼ਾਇਦ ਸਾਡਾ ਅਸਲੀ ਰੂਪ ਨਹੀਂ ਹੈ, ਪਰ ਇਹ ਜਿਹੜੀ ਬੇਗਾਨਗੀ ਸਾਡੀ ਆਪਣੇ ਆਪ ਪ੍ਰਤੀ, ਆਪਣੀ ਹੋਂਦ ਪ੍ਰਤੀ ਪੈਦਾ ਹੋ ਗਈ ਹੈ, ਉਹਦੇ ਵਿੱਚੋਂ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੀ ਹੈ ਉਹ ਚੱਲਣ ਲੱਗ ਪੈਂਦੀ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਇਸ ਸਮੇਂ ਮਨੁੱਖ ਨੂੰ ਉਹਦੀ ਅੰਦਰੂਨੀ ਭਰਪੂਰਤਾ ਜਿਹੜੀ ਹੈ ਉਸ ਤੋਂ ਖਾਲੀ ਕਰ ਦਿੱਤਾ ਗਿਆ। ਆਪਣੇ ਆਪ ਨੂੰ, ਆਪਣੇ ਅਸਲ ਰੂਪ ਨੂੰ ਸੋਹਣਾ ਸਮਝਣ ਨੂੰ, ਆਪਣੇ ਆਪ, ਆਪਣੀ ਅਸਲ ਹੋਂਦ ਨੂੰ ਮਹੱਤਵਪੂਰਨ ਸਮਝਣਾ, ਜਿਹੜਾ ਇਸ ਚੀਜ਼ ਨੂੰ ਖਤਮ ਕਰ ਦਿੱਤਾ ਗਿਆ। ਇਹ ਇੱਕ ਦਿਨ ਮੇਰੀ ਕਲਾਸ ਦੇ ਵਿੱਚ ਅਸੀਂ ਕੋਈ ਡਿਸਕਸ ਕਰ ਰਹੇ ਸਾਂ ਤਾਂ ਮੇਰੀ ਇੱਕ ਸਟੂਡੈਂਟ ਮੈਨੂੰ ਸਵਾਲ ਕਰਦੀ ਹੈ, ਉਹ ਕਹਿੰਦੀ, ਸਰ ਇਜ਼ ਇਟ ਓਕੇ ਟੂ ਬੀ ਸੈਲਫਿਸ਼? ਮੈਂ ਉਹਦੇ ਮੂੰਹ ਵੱਲ ਦੇਖਣ ਲੱਗ ਪਿਆ। ਮੈਂ ਕਿਹਾ ਕਿ ਮੈਂ ਤਾਂ ਇਮੈਜਿਨ ਵੀ ਨਹੀਂ ਸੀ ਕਰ ਸਕਦਾ ਕਿ ਇਹ ਸਵਾਲ ਸਾਡੇ ਸਮਿਆਂ 'ਚ ਪੁੱਛਿਆ ਜਾ ਸਕਦਾ ਸੀ, ਇਜ਼ ਇਟ ਓਕੇ ਟੂ ਬੀ ਸੈਲਫਿਸ਼, ਕਿ ਜਦੋਂ ਸਾਡੇ ਲਈ ਸੈਲਫਿਸ਼ ਇੱਕ ਹੋਣਾ ਇੱਕ ਐਸੀ ਨਕਾਰਾਤਮਕ ਕਦਰ ਸੀ ਜਿਹਦੇ ਬਾਰੇ ਅਸੀਂ ਸ਼ੰਕਾ ਵੀ ਨਹੀਂ ਸੀ ਕਰ ਸਕਦੇ। ਪਰ ਜੇ ਇਹ ਸਵਾਲ ਪੁੱਛਿਆ ਜਾ ਰਿਹਾ, ਵਿਦਿਆਰਥੀ ਇੱਕ ਪੁੱਛ ਰਿਹਾ, ਤਾਂ ਇਹਦਾ ਮਤਲਬ ਇਹ ਹੈ ਕਿ ਸਾਡੀਆਂ ਕਦਰਾਂ ਕੀਮਤਾਂ ਦੀ ਜ਼ਮੀਨ ਕਿਤੇ ਨਾ ਕਿਤੇ ਬਦਲ ਗਈ ਹੈ। ਕਿਤੇ ਨਾ ਕਿਤੇ ਸਾਨੂੰ ਇਹ ਜਾਪਣ ਲੱਗ ਪਿਆ ਕਿ ਸੈਲਫਿਸ਼ ਹੋਣਾ ਵੀ ਠੀਕ ਹੋ ਸਕਦਾ ਹੈ। ਇਹ ਵਿਅਕਤੀਵਾਦ ਹੈ ਜਿਹੜਾ ਨਵੇਂ ਸੱਭਿਆਚਾਰਕ ਪੂੰਜੀ ਨੇ ਸਾਡੇ ਸਮਾਜ ਦੇ ਅੰਦਰ ਪੈਦਾ ਕਰ ਦਿੱਤਾ।
ਇਹ ਉਹ ਵਿਅਕਤੀਵਾਦ ਹੈ ਜਿਹਦੇ ਜਿਹੜਾ ਇੱਕ ਸਾਡਾ ਨਵੇਂ ਤਰ੍ਹਾਂ ਦਾ ਸਮਾਜ ਜਿਹੜਾ ਬਣ ਰਿਹਾ ਉਹ ਘੜ ਰਿਹਾ। ਬੰਦੇ ਦੀ ਬੰਦੇ ਨਾਲ ਸਾਂਝ ਨੂੰ ਖਤਮ ਕੀਤਾ ਜਾ ਰਿਹਾ। ਤੁਸੀਂ ਵਿਕਾਸ ਦੇ ਇਸ ਟੋਟਲ ਮਾਡਲ ਨੂੰ ਦੇਖੋ। ਮਤਲਬ ਮੈਂ ਕਪੂਰਥਲੇ ਤੋਂ ਤੁਰ ਕੇ ਪਟਿਆਲੇ ਪਹੁੰਚਦਾ, ਹੈ ਜੀ ਟੀ ਰੋਡ ਹੈ, ਹਾਈਵੇ ਹੈ, ਮੈਂ ਰਾਹ ਦੇ ਵਿੱਚ ਕਿਸੇ ਵੀ ਸ਼ਹਿਰ ਨੂੰ ਨਹੀਂ ਜਾਣਦਾ, ਮੈਂ ਕਿਸੇ ਵੀ ਸ਼ਹਿਰ ਦੇ ਬੰਦਿਆਂ ਨੂੰ ਮਿਲਦਾ ਨਹੀਂ, ਦੇਖਦਾ ਹੀ ਨਹੀਂ ਉਹਨਾਂ ਨੂੰ। ਕਿਉਂ? ਕਿਉਂਕਿ ਪੂਰੇ ਦਾ ਪੂਰਾ ਹਾਈਵੇ ਇਸ ਤਰ੍ਹਾਂ ਬਣ ਗਿਆ ਕਿ ਜਿੱਥੇ ਵੀ ਲੋਕ ਰਹਿੰਦੇ ਹੈ, ਜਿੱਥੇ ਵੀ ਬਾਜ਼ਾਰ ਨੇ, ਲੋਕ ਰਹਿ ਰਹੇ ਨੇ, ਜ਼ਿੰਦਗੀ ਹੈ, ਚਹਿਲ ਪਹਿਲ ਹੈ, ਉੱਥੇ ਹੀ ਫਲਾਈਓਵਰ ਹੈ, ਉੱਥੇ ਹੀ ਤੁਹਾਨੂੰ ਉਹਨਾਂ ਲੋਕਾਂ ਤੋਂ ਵੱਖਰਿਆਂ ਕਰਕੇ ਤੋੜ ਕੇ ਅਤੇ ਅੱਗੇ ਲੰਘਾ ਦਿੱਤਾ ਗਿਆ। ਜਿੱਥੇ ਕੋਈ ਸ਼ਹਿਰ ਹੈ ਉੱਥੇ ਬਾਈਪਾਸ ਹੈ, ਤੁਹਾਨੂੰ ਸ਼ਹਿਰ ਦੇ ਵਿੱਚ ਵੜਨ ਦੀ ਲੋੜ ਨਹੀਂ ਹੈ। ਤੁਸੀਂ ਪਟਿਆਲੇ ਕਿਉਂ ਕੀ ਕਰੋਗੇ, ਪਟਿਆਲੇ ਜਾਓਗੇ ਤਾਂ ਤੁਸੀਂ ਦੇਖੋਗੇ ਪਟਿਆਲੇ 'ਚ ਸਾਰਾ ਸ਼ਹਿਰ ਕਿੱਦਾਂ ਦਾ, ਹਰ ਸ਼ਹਿਰ ਦਾ ਆਪਣਾ ਇੱਕ ਸੁਭਾਅ ਹੁੰਦਾ, ਆਪਣਾ ਇੱਕ ਰੂਪ ਹੁੰਦਾ। ਉਹ ਕਹਿੰਦੇ ਆ ਬਾਈਪਾਸ ਇੱਧਰ ਦੀ ਆ ਜਾਓ, ਛੱਡੋ ਪਟਿਆਲੇ ਨੂੰ, ਉੱਥੋਂ ਦੇ ਲੈਣ ਦੇ ਲੋਕਾਂ ਤੋਂ ਤੁਸੀਂ ਕੀ ਲੈਣਾ। ਸੋ ਇਹ ਸਾਰਾ ਜਿਹੜਾ ਮਾਡਲ ਹੈ ਜਿਹਨੂੰ ਅਸੀਂ ਵਿਕਾਸ ਕਹਿੰਦੇ ਹਾਂ, ਪਰ ਇਸ ਵਿਕਾਸ ਨੇ ਸਾਡੀ ਇੱਕ ਦੂਸਰੇ ਨਾਲ ਸਾਂਝ ਤੋੜ ਦਿੱਤੀ। ਉਹ ਕਿਉਂਕਿ ਮੈਂ ਕਪੂਰਥਲੇ ਰਹਿੰਦਾ ਸੀ, ਅਸੀਂ ਅੰਮ੍ਰਿਤਸਰ ਬਹੁਤ ਜਾਂਦੇ ਸੀ, ਔਰ ਰਸਤੇ ਦੇ ਹਰ ਅੱਡੇ ਦਾ ਸਾਨੂੰ ਪਤਾ ਹੁੰਦਾ ਸੀ, ਉਹਦੀ ਪਛਾਣ ਹੁੰਦੀ ਸੀ, ਉੱਥੇ ਲੱਗੇ ਰੁੱਖਾਂ ਦੀ ਪਛਾਣ ਹੁੰਦੀ ਸੀ ਵੀ ਕਿੱਥੇ ਬੱਸ ਅੱਡੇ ਦੇ ਨੇੜੇ ਕਿੱਥੇ ਟਾਹਲੀ ਹੈ, ਕਿੱਥੇ ਪਿੱਪਲ ਹੈ, ਕਿੱਥੇ ਕੀ ਹੈ। ਹੁਣ ਜਿਉਂ ਕਪੂਰਥਲੇ ਤੋਂ ਤੁਰੀਏ ਅੰਮ੍ਰਿਤਸਰ ਤੱਕ, ਕਿਤੇ ਕਿਸੇ ਦਾ ਨਹੀਂ ਪਤਾ ਲੱਗਦਾ ਕਿ ਕਦੋਂ ਬਿਆਸ ਲੰਘ ਗਿਆ ਅਤੇ ਕਦੋਂ ਰਈਆ ਲੰਘ ਗਿਆ, ਕਦੋਂ ਟਾਂਗਰਾ ਲੰਘ ਗਿਆ, ਕਦੋਂ ਜੰਡਿਆਲਾ ਗੁਰੂ ਲੰਘ ਗਿਆ। ਉਹ ਦਬੁਰਜੀ ਵਰਗੇ ਤਾਂ ਮਿਟ ਹੀ ਗਏ, ਨਾ ਨਿਸ਼ਾਨ ਹੀ ਮਿਟ ਗਿਆ, ਉਹ ਹੋਰ ਹੀ ਕੁਝ ਹੋ ਗਿਆ। ਸੋ ਇਸ ਵਿਕਾਸ ਨੇ ਸਾਡੀ ਉਹ ਇੱਕ ਜਿਹੜੀ ਭੂਗੋਲਿਕ ਸਾਡੀ ਵਿਰਾਸਤ ਸੀ ਉਹ ਵੀ ਬਦਲ ਦਿੱਤੀ, ਉਹ ਵੀ ਤੋੜ ਦਿੱਤੀ, ਔਰ ਬੰਦੇ ਦੀ ਬੰਦੇ ਨਾਲੋਂ ਸਾਂਝ ਤੋੜ ਦਿੱਤੀ। ਪਰ ਹੁਣ ਬਈ ਬੰਦੇ ਨੇ ਮਰਨਾ ਤਾਂ ਹੈ ਨਹੀਂ, ਮਨੁੱਖ ਨੇ ਤਾਂ ਰਹਿਣਾ, ਔਰ ਜੇ ਮਨੁੱਖ ਨੇ ਰਹਿਣਾ ਤਾਂ ਮਨੁੱਖ ਨੇ ਆਪਣੇ ਆਪ ਨੂੰ ਵੀ ਬਚਾਉਣਾ ਅਤੇ ਆਪਣੇ ਸੱਭਿਆਚਾਰ ਨੂੰ ਵੀ ਬਚਾਉਣਾ, ਆਪਣੀ ਸੱਭਿਆਚਾਰਕ ਸਾਂਝ ਨੂੰ ਵੀ ਬਚਾਉਣਾ। ਸੱਭਿਆਚਾਰ ਨੂੰ ਮੈਂ ਬਚਾਉਣਾ ਉਸ ਅਰਥ ਵਿੱਚ ਮੈਂ ਨਹੀਂ ਕਹਿੰਦਾ, ਕਿਉਂਕਿ ਸੱਭਿਆਚਾਰ ਬਦਲਦਾ ਰਹਿੰਦਾ। ਤਾਂ ਫਿਰ ਕਿੱਥੋਂ ਸਾਨੂੰ ਆਸ ਮਿਲੇਗੀ, ਸਾਨੂੰ ਕਿਹਨਾਂ ਸਮੂਹਕ ਕੁਲੈਕਟਿਵ ਚੀਜ਼ਾਂ ਸਰਗਰਮੀਆਂ ਨੂੰ ਦੇ ਵਿੱਚ ਪੈਣਾ ਪਏਗਾ, ਸਾਨੂੰ ਆਪਣੇ ਨਾਇਕ ਜਾਂ ਨਾਇਕਤਵ ਦੀ ਤਲਾਸ਼ ਕਿੱਥੋਂ ਕਰਨੀ ਪਏਗੀ, ਸਾਨੂੰ ਇਹ ਦੇਖਣ ਦੀ ਲੋੜ ਹੈ। ਕਿਉਂਕਿ ਇੰਨਾ ਧੰਦੂਕਾਰਾ ਫੈਲਿਆ ਹੋਇਆ ਹਰ ਪਾਸੇ ਸੱਭਿਆਚਾਰਕ ਖੇਤਰ ਵਿੱਚ ਖਾਸ ਤੌਰ 'ਤੇ ਕਿ ਉਹ ਲੱਭਣਾ ਵੀ ਔਖਾ ਲੱਗਦਾ। ਸਾਡੇ ਕੋਲ ਅੱਜ ਸਾਡੇ ਕਲਚਰਲ ਜਿਹੜੇ ਨਾਇਕ ਨੇ, ਸੱਭਿਆਚਾਰਕ ਨਾਇਕ ਕੌਣ ਨੇ, ਹੈ ਨਾ, ਅਸੀਂ ਦੇਖਦੇ ਹਾਂ ਗਾਇਕ ਨੇ, ਅਤੇ ਉਹ ਗਾਇਕ ਅੱਗੋਂ ਕੀ ਨੇ, ਉਹ ਗਾਇਕ ਘੱਟ ਹੈ ਅਤੇ ਗੈਂਗਸਟਰ ਵੱਧ ਹੈ, ਹੈ ਉਹ ਗਾਇਕ ਘੱਟ ਹੈ ਅਤੇ ਹਥਿਆਰਾਂ ਦੀ ਨੁਮਾਇਸ਼ ਲਾਉਣ ਵਾਲੇ ਵੱਧ ਹੈ, ਉਹ ਗਾਇਕ ਘੱਟ ਹੈ ਅਤੇ ਆਪਣੀਆਂ ਵੱਡੀਆਂ ਵੱਡੀਆਂ ਕਾਰਾਂ ਦਿਖਾਉਣ ਵਾਲੇ ਆ, ਲਗਜ਼ਰੀ ਗੱਡੀਆਂ ਦਿਖਾਉਣ ਵਾਲੇ ਉਹ ਬੰਦੇ ਨੇ, ਗੈਂਗਸਟਰ ਨੇ। ਹੁਣ ਇਹਨਾਂ ਨੂੰ ਕੀ ਕਹਾਂਗੇ, ਇਹ ਸਾਡੇ ਨਾਇਕ ਨੇ? ਕਿਉਂਕਿ ਕਿਸੇ ਵੇਲੇ ਜੇ ਜੱਗਾ ਡਾਕੂ ਸਾਡਾ ਨਾਇਕ ਬਣਦਾ, ਮਲੰਗੀ ਸਾਡਾ ਨਾਇਕ ਬਣਦਾ, ਰਤਨ ਸਿੰਘ ਰੱਕੜ ਸਾਡਾ ਨਾਇਕ ਬਣਦਾ, ਦੁੱਲਾ ਭੱਟੀ ਸਾਡਾ ਨਾਇਕ ਬਣਦਾ, ਤਾਂ ਉਹ ਲੋਕ ਹੋਰ ਨੇ, ਉਹ ਲੋਕ ਉਹ ਨੇ ਜਿਨ੍ਹਾਂ ਨੂੰ ਭਾਵੇਂ ਡਾਕੂ ਕਹਿੰਦੇ ਸੀ ਪਰ ਉਹਨਾਂ ਲੋਕਾਂ ਨੇ ਹਕੂਮਤ ਦੇ ਨਾਲ ਸਥਾਪਤੀ ਦੇ ਵਿਰੁੱਧ ਉਹ ਲੋਕ ਲੜਦੇ ਸਨ। ਗੈਂਗਸਟਰ ਤਾਂ ਸਥਾਪਤੀ ਦੀ ਸਰਪ੍ਰਸਤੀ ਵਿੱਚ ਪਲਦੇ ਹੈ, ਇਹ ਤਾਂ ਲੜਦੇ ਨਹੀਂ ਹਕੂਮਤ ਦੇ ਖਿਲਾਫ, ਇਹ ਤਾਂ ਸਾਡੇ ਨਾਇਕ ਨਹੀਂ ਹੋ ਸਕਦੇ। ਹੋਰ ਕੌਣ ਨਾਇਕ ਹੋ ਸਕਦਾ? ਅੱਜ ਕੱਲ੍ਹ ਇੱਕ ਹੋਰ ਨਾਇਕ ਬਹੁਤ 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 ਇੱਕ ਨਾਇਕ ਦਾ ਇੱਕ ਰੂਪ ਸਾਨੂੰ ਦਿਸਦਾ, ਉਹ ਨਾਇਕ ਹੈ ਇੱਕ ਉਹ ਨੌਜਵਾਨ ਜਿਹੜਾ ਪਹਿਲਾਂ ਨਸ਼ੇ ਕਰਦਾ ਸੀ, ਜਿਹੜਾ ਪਹਿਲਾਂ ਗੈਂਗਸਟਰ ਸੀ, ਲੇਕਿਨ ਫਿਰ ਹੁਣ ਉਹਨੇ ਛੱਡ ਦਿੱਤਾ, ਡਾਕੂਆਂ ਦਾ ਮੁੰਡਾ ਜਾਂ ਇਹਦੇ ਵਰਗੇ ਬਹੁਤ ਸਾਰੇ ਮੈਂ ਸੋਸ਼ਲ ਮੀਡੀਆ 'ਤੇ ਦੇਖਦਾ, ਫੇਸਬੁੱਕ 'ਤੇ ਕਈਆਂ ਨੇ ਆਪਣੀਆਂ ਇੱਦਾਂ ਦੀਆਂ ਕਹਾਣੀਆਂ ਪਾਈਆਂ ਹੁੰਦੀਆਂ ਕਿ ਮੈਂ ਇਸ ਤਰ੍ਹਾਂ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਸੀ, ਇਸ ਤਰ੍ਹਾਂ ਮੈਂ ਲੜਿਆ ਉਹਦੇ ਖਿਲਾਫ, ਨਸ਼ਿਆਂ ਦੇ ਖਿਲਾਫ ਲੜ ਕੇ ਫਿਰ ਮੈਂ ਛੱਡਿਆ ਇਸ ਤਰੀਕੇ ਨਾਲ, ਔਰ ਇਹਨਾਂ ਨੂੰ ਨਾਇਕ ਸਮਝਿਆ ਜਾਂਦਾ ਕਿ ਇਹ ਵੀ ਆਦਰਸ਼ ਨਾਇਕ ਨੇ, ਕਿਉਂਕਿ ਇਹ ਉਹ ਨੇ ਜਿਹੜੇ ਕਿਸੇ ਆਪਣੀ ਜ਼ਿੰਦਗੀ ਦੇ ਪੜਾਅ ਉੱਤੇ ਆਪਣੀ ਇੱਕ ਵਿਅਕਤੀਗਤ ਚੋਣ ਦੇ ਵਿੱਚੋਂ ਗਲਤ ਪਾਸੇ ਚਲੇ ਗਏ। ਉਹਨਾਂ ਦੀ ਇੰਡੀਵਿਜੁਅਲ ਚੋਇਸ ਸੀ ਕਿ ਉਹਨਾਂ ਨੇ ਨਸ਼ਾ ਕਰਨਾ ਕਿ ਨਹੀਂ ਕਰਨਾ, ਉਹਨਾਂ ਨੇ ਗੈਂਗਸਟਰ ਬਣਨਾ ਕਿ ਨਹੀਂ ਬਣਨਾ, ਉਹ ਗਲਤ ਚੋਣ ਕੀਤੀ, ਉਹ ਟਰੈਕ ਤੋਂ ਲੱਥ ਗਏ। ਉਸ ਤੋਂ ਬਾਅਦ ਫਿਰ ਉਹ ਆਪਣੀ ਇੱਛਾ ਸ਼ਕਤੀ ਦੇ ਬਲ ਦੇ ਉੱਤੇ ਉਹ ਦੁਬਾਰਾ ਆਪਣੀ ਉਸ ਚੋਣ ਨੂੰ ਠੀਕ ਕਰਦੇ ਆ, ਔਰ ਜ਼ਿੰਦਗੀ ਰੂਟੀਨ ਵਾਂਗ ਤੁਰ ਪੈਂਦੀ ਹੈ।
ਹੁਣ ਇਹ ਇੱਕ ਲੈਵਲ 'ਤੇ ਆਪਣੀ ਇੱਛਾ ਸ਼ਕਤੀ ਤਾਂ ਉਹ ਦਿਖਾਉਂਦੇ ਹੈ, ਪਰ ਉਹਨਾਂ ਦੀ ਜ਼ਿੰਦਗੀ ਵੀ ਖੜੀ ਕਿੱਥੇ ਹੁੰਦੀ ਹੈ ਮੁੜ ਕੇ ਵੀ ਆ ਕੇ ਰੂਟੀਨ ਉੱਤੇ। ਉਹਨਾਂ ਦਾ ਦੁਖਾਂਤ ਇਹ ਹੈ ਕਿ ਪਹਿਲਾਂ ਰੂਟੀਨ ਉਹਨਾਂ ਕੋਲੋਂ ਖੁੱਸ ਗਿਆ, ਗਵਾਚ ਗਿਆ, ਅਤੇ ਹੁਣ ਉਹ ਦੁਬਾਰਾ ਉਸ ਰੂਟੀਨ 'ਤੇ ਆ ਗਏ, ਨੋਰਮਲ ਸਮਾਜਿਕ ਜ਼ਿੰਦਗੀ 'ਚ ਆ ਗਏ। ਪਰ ਸਮਾਜਿਕ ਜ਼ਿੰਦਗੀ ਤਾਂ ਉਹੀ ਹੈ ਨਾ ਜਿਹੜੀ ਕਿੰਨੇ ਤਰ੍ਹਾਂ ਦੇ ਵਿਰੋਧਾਭਾਸਾਂ ਨਾਲ ਭਰੀ ਹੋਈ ਹੈ, ਜਿਹਦੇ ਵਿੱਚ ਕਿੰਨੀਆਂ ਦਰਜੇਬੰਦੀਆਂ ਨੇ, ਜਿਹਦੇ ਵਿੱਚ ਕਿੰਨਾ ਦਮਨ ਹੈ, ਉਹਦੇ ਬਾਰੇ ਤਾਂ ਕੁਝ ਨਹੀਂ ਕਰਦੇ। ਇਹਦਾ ਮਤਲਬ ਇਹ ਨਾਇਕਤਵ ਵੀ ਜਿਹੜਾ ਇਹ ਵੀ ਨੁਕਸਦਾਰ ਹੈ, ਫਲੋਡ ਹੈ। ਇੱਕ ਹੋਰ ਨਾਇਕ ਅੱਜ ਕੱਲ੍ਹ ਲੱਭ ਰਿਹਾ ਤੁਹਾਨੂੰ, ਖਾਸ ਤੌਰ 'ਤੇ ਫਿਲਮਾਂ ਦੇ ਵਿੱਚ, ਉਹ ਨਾਇਕ ਹੈ ਇੱਕ ਉਹ ਨੌਜਵਾਨ ਜਿਹੜਾ ਵਿਦੇਸ਼ ਚਲੇ ਗਿਆ, ਔਰ ਵਿਦੇਸ਼ ਜਾ ਕੇ ਉਹ ਲੁੱਕ ਕੇ ਰਹਿੰਦਾ, ਔਰ ਉਹਦਾ ਸਭ ਤੋਂ ਵੱਡਾ ਡਰ ਕੀ ਹੈ ਕਿ ਕਿਤੇ ਉਹ ਫੜਿਆ ਨਾ ਜਾਵੇ, ਡਿਪੋਰਟ ਨਾ ਹੋ ਜਾਵੇ। ਚੱਲ ਮੇਰਾ ਪੁੱਤ, ਉਸ ਫਿਲਮ ਦੇ ਵਿੱਚ ਜਿਸ ਤਰ੍ਹਾਂ ਦੇ ਤੁਸੀਂ ਕਰੈਕਟਰ ਦੇਖਦੇ ਹੋ, ਹੁਣ ਉਹਨਾਂ ਦੀ ਸਾਰੀ ਲੜਾਈ ਕਾਹਦੇ ਲਈ ਹੈ? ਡਿਪੋਰਟ ਨਾ ਹੋਣ ਲਈ, ਅਮਰੀਕਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਰਹਿਣ ਲਈ, ਉੱਥੋਂ ਦੀ ਨਾਗਰਿਕਤਾ ਲੈਣ ਤੱਕ, ਔਰ ਉਹ ਲੋਕ ਸਾਡੀ ਪੰਜਾਬ ਦੀ ਧਰਤੀ ਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੇ ਆ। ਉਹਨਾਂ ਲੋਕਾਂ ਦੀ ਪੰਜਾਬ ਦੇ ਨਾਲ ਕੋਈ ਭਾਵੁਕ ਨਾਲ ਕੋਈ ਭਾਵੁਕ ਸਾਂਝ ਨਹੀਂ ਹੈ, ਕੋਈ ਭਾਵੁਕ ਮੋਹ ਨਹੀਂ ਹੈ, ਔਰ ਆਪਣੇ ਇੱਕ ਸ਼ਾਇਦ ਹੁਣ ਤਰ੍ਹਾਂ ਜਿਸ ਤਰ੍ਹਾਂ ਦਾ ਸਾਡੇ ਹਾਲਾਤ ਨੇ, ਪ੍ਰਸਥਿਤੀਆਂ ਨੇ, ਉਹਦੇ ਵਿੱਚੋਂ ਸਾਡੇ ਸਮਾਜ ਦਾ ਵੀ ਇਸੇ ਤਰ੍ਹਾਂ ਦਾ ਦ੍ਰਿਸ਼ ਬਣ ਰਿਹਾ, ਇਸੇ ਤਰ੍ਹਾਂ ਦਾ ਮੋਹ ਭੰਗ ਦੀ ਸਥਿਤੀ ਬਣ ਰਹੀ ਹੈ, ਜਿਹਦੇ ਕਰਕੇ ਸਾਨੂੰ ਵੀ ਉਹ ਲੋਕ ਨਾਇਕ ਲੱਗਣ ਲੱਗ ਪੈਂਦੇ ਹੈ, ਸਾਨੂੰ ਵੀ ਉਹਨਾਂ ਨੌਜਵਾਨਾਂ ਨਾਲ ਹਮਦਰਦੀ ਆਉਣ ਲੱਗ ਪੈਂਦੀ ਹੈ ਕਿ ਭਾਈ ਇਹ ਡਿਪੋਰਟ ਨਹੀਂ ਹੋਣੇ ਚਾਹੀਦੇ। ਸਾਨੂੰ ਹਮਦਰਦੀ ਕਿਉਂ ਹੁੰਦੀ ਹੈ? ਉੱਥੋਂ ਡਿਪੋਰਟ ਹੋਣਗੇ ਤਾਂ ਕੀ ਹੋ ਗਿਆ, ਸਾਡੇ ਕੋਲ ਆ ਜਾਣਗੇ ਸਭ, ਹੈ ਸਾਨੂੰ ਹਮਦਰਦੀ ਥੋੜ੍ਹੀ ਹੋਣੀ ਚਾਹੀਦੀ ਹੈ, ਪਰ ਸਾਨੂੰ ਵੀ ਹਮਦਰਦੀ ਹੁੰਦੀ ਹੈ ਕਿਉਂਕਿ ਇਹਦਾ ਮਤਲਬ ਕਿਸੇ ਨਾ ਕਿਸੇ ਪੱਧਰ 'ਤੇ ਅਸੀਂ ਵੀ ਇਹ ਸਵੀਕਾਰ ਕਰ ਲਿਆ ਕਿ ਉਹਨਾਂ ਦਾ ਉੱਥੇ ਜਾਣਾ ਜਸਟੀਫਾਈਡ ਹੈ, ਨਿਆਂ ਸੰਗਤ ਹੈ, ਉਹਨਾਂ ਨੂੰ ਚਲੇ ਜਾਣਾ ਠੀਕ ਹੈ, ਉੱਥੇ ਵੱਸ ਜਾਣਾ ਚਾਹੀਦਾ ਉਹਨਾਂ ਨੂੰ। ਸੋ ਇਹ ਵੀ ਪੰਜਾਬ ਦਾ ਨਾਇਕ ਨਹੀਂ ਹੋ ਸਕਦਾ ਜਿਹੜਾ ਸਿਰਫ ਆਪਣੇ ਵਿਅਕਤੀਗਤ ਤਰੱਕੀ ਬਾਰੇ ਸੋਚ ਰਿਹਾ, ਫਿਰ ਪੰਜਾਬ ਦਾ ਨਾਇਕ ਕੌਣ ਹੋਏਗਾ? ਪੰਜਾਬ ਦਾ ਨਾਇਕ ਤਾਂ ਉਹੀ ਹੋਏਗਾ ਨਾ ਜਿਹੜਾ ਪੰਜਾਬ ਦੀਆਂ ਸਮੱਸਿਆਵਾਂ ਦੇ ਲਈ ਪੰਜਾਬ ਦੀ ਧਰਤੀ ਉੱਤੇ ਬੈਠ ਕੇ ਜੂਝਦਾ, ਇੱਥੇ ਉਹ ਆਪਣੀਆਂ ਲੜਾਈਆਂ ਦਿੰਦਾ, ਵੱਖ ਵੱਖ ਤਰ੍ਹਾਂ ਦੀਆਂ ਲੜਾਈਆਂ, ਵੱਖ ਵੱਖ ਖੇਤਰਾਂ ਦੇ ਵਿੱਚ ਲੜਾਈਆਂ, ਜਿਨ੍ਹਾਂ ਵਿੱਚ ਉਹਦਾ ਆਪਣਾ ਜਿਹੜਾ ਸਵੈ ਹੈ ਉਸ ਦੀ ਲੜਾਈ ਵੀ ਉਹਦੇ ਵਿੱਚ ਸ਼ਾਮਲ ਹੈ। ਇਸੇ ਨੂੰ ਅਸੀਂ ਪ੍ਰੈਗਜ਼ਿਸ ਕਹਿੰਦੇ ਹਾਂ, ਸਿਰਜਣਾਤਮਕ ਅਮਲ ਪ੍ਰਕਿਰਿਆ, ਜਿਹੜਾ ਵਿਅਕਤੀ ਇਸ ਪ੍ਰਕਿਰਿਆ ਦੇ ਵਿੱਚ ਪਿਆ ਹੋਇਆ ਉਹ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਮੈਂ ਖਾਸ ਤੌਰ 'ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਬਾਰੇ ਸੁਣਦਾ, ਦੇਖਦਾ ਕਿ ਕਿਵੇਂ ਇਹ ਨੌਜਵਾਨ ਜਿਹੜੇ ਆ ਇਹ ਨਵੇਂ ਗਿਆਨ ਨਾਲ ਜੁੜ ਰਹੇ ਹੈ, ਇਹ ਕਿਵੇਂ ਨਵੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈ, ਇਹ ਕਿਵੇਂ ਲੜ ਰਹੇ ਹੈ, ਔਰ ਖਾਸ ਤੌਰ 'ਤੇ ਜਿਹੜੀਆਂ ਕੁੜੀਆਂ ਨੇ ਉਹ ਹੁਣ ਆਪਣੇ ਬਰਾਬਰ ਦੇ ਹੱਕਾਂ ਦੇ ਲਈ ਕਿਵੇਂ ਸੁਚੇਤ ਹੋ ਰਹੀਆਂ ਨੇ, ਯੂਨੀਵਰਸਿਟੀਆਂ ਦੇ ਵਿੱਚ ਆਪਣੀਆਂ ਲੜਾਈਆਂ ਦੇ ਰਹੀਆਂ। ਮੈਨੂੰ ਲੱਗਦਾ ਹੁੰਦਾ ਕਿ ਇਹ ਹੈ ਅਸਲ ਦੇ ਵਿੱਚ ਨਾਇਕ ਜਿਹੜੇ ਜਿਨ੍ਹਾਂ ਦੀ ਤਲਾਸ਼ ਸਾਡੀ ਧਰਤੀ ਨੂੰ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਦੇ ਸਾਰਿਆਂ ਨੂੰ ਬਣਨਾ ਚਾਹੀਦਾ, ਜਿਹੜੇ ਗਿਆਨ ਦੇ ਨਾਲ ਵੀ ਜੁੜਦੇ ਹੈ ਔਰ ਜਿਹੜੇ ਉਸ ਦੇ ਨਾਲ ਅਮਲੀ ਸਰਗਰਮੀਆਂ ਦੇ ਨਾਲ ਵੀ ਜੁੜਦੇ ਹੈ। ਇਹਨਾਂ ਦੇ ਅੰਦਰ ਜਿਹੜੀ ਤਬਦੀਲੀ ਦੀ ਚਾਹਤ ਹੈ ਅਸਲ ਦੇ ਵਿੱਚ, ਉਸ ਨਾਲ ਸਾਡੀ ਧਰਤੀ ਦੇ ਜਿਹੜਾ ਸੱਭਿਆਚਾਰਕ ਰੂਪਾਂਤਰਣ ਹੈ ਉਸਨੂੰ ਕੋਈ ਸਕਾਰਾਤਮਕ ਦਿਸ਼ਾ ਦਿੱਤੀ ਜਾ ਸਕਦੀ ਹੈ। ਇੱਥੋਂ ਉਹ ਚਿੰਤਨ ਉਪਜੇਗਾ ਜਿਹੜਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਦੱਸੇਗਾ, ਉਹਨਾਂ ਨੂੰ ਵੀ ਅਗਵਾਈ ਦੇਗਾ। ਜਦੋਂ ਕੁੜੀਆਂ ਲੜਦੀਆਂ ਨੇ ਤਾਂ ਉਹ ਆਪਣੇ ਘਰਾਂ ਦੇ ਵਿੱਚ ਜਾ ਕੇ ਵੀ ਦੱਸਦੀਆਂ ਕਿ ਇਹ ਕੁਝ ਹੋ ਰਿਹਾ, ਉਹਦੇ ਨਾਲ ਉਹਨਾਂ ਦੇ ਘਰਾਂ 'ਚ ਪਰਿਵਾਰਾਂ ਦੇ ਵਿੱਚ ਵੀ ਇੱਕ ਨਵੀਂ ਜਾਗਰਤੀ ਪੈਦਾ ਹੋਣੀ ਲਾਜ਼ਮੀ ਹੈ। ਸੋ ਇਸ ਲਈ ਬਈ ਬਦਲਣਾ, ਜਿਹੜਾ ਸਮਾਜ ਜੋ ਬਦਲਦਾ ਉਹਦੇ ਵਿੱਚ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਸੋ ਇਸ ਲਈ ਮੈਨੂੰ ਵੀ ਖੁਸ਼ੀ ਹੋਈ ਸੀ ਜਦੋਂ ਮੈਨੂੰ ਡਾਕਟਰ ਸੁਰਜੀਤ ਹੋਰਾਂ ਨੇ ਕਿਹਾ ਕਿ ਭਾਈ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਹਫ਼ਤਾ ਆਓ ਤੁਸੀਂ ਇੱਥੇ, ਅਤੇ ਮੈਂ ਆਪਣੀ ਛੁੱਟੀ ਲੈ ਕੇ ਇੱਥੇ ਆਇਆ, ਅਤੇ ਇਸੇ ਲਈ ਆਇਆ ਕਿਉਂਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਵਾਕਈ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਦੇ ਨੌਜਵਾਨ ਬੈਠੇ ਨੇ, ਹੈ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਕਿਸ ਤਰ੍ਹਾਂ ਦੇ ਸਵਾਲ ਕਰਦੇ ਨੇ, ਉਹ ਕਿਸ ਤਰ੍ਹਾਂ ਸੋਚਦੇ ਨੇ। ਅਤੇ ਅੱਜ ਮੇਰਾ ਆਖਰੀ ਇਹ ਲੈਕਚਰ ਹੈ, ਅਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਤੁਹਾਡੇ ਨਾਲ ਅੰਤਰ ਕਿਰਿਆ ਕਰਕੇ, ਅਤੇ ਮੈਨੂੰ ਲੱਗਿਆ ਕਿ ਵਾਕਈ ਸਾਡੇ ਨੌਜਵਾਨ ਜਿਹੜੇ ਨੇ ਉਹ ਬਹੁਤ ਕੁਝ ਜਾਣਨ ਦੀ ਇੱਛਾ ਰੱਖਦੇ ਹੈ, ਉਹ ਗਿਆਨ ਲੈਣ ਦੀ ਵੀ ਇੱਛਾ ਰੱਖਦੇ ਹੈ, ਔਰ ਉਹਨਾਂ ਨੇ ਹੀ ਨਵਾਂ ਗਿਆਨ ਜਿਹੜਾ ਹੈ ਉਹ ਵੀ ਪੈਦਾ ਕਰਨਾ।